ਸਤਿ ਸ਼੍ਰੀ ਅਕਾਲ ਜੀ ਮੈਂ ਹਾ ਗੁਰਜਤੇਂਦਰ ਸਿੰਘ ਰੰਦਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਚੈਨਲ ਯੂਐਸ ਇਮੀਗ੍ਰੇਸ਼ਨ ਐਂਡ ਪੋਲਟਿਕਸ ਦਾ ਇਹ એપisode ਲੈ ਕੇ ਇੱਕ ਵਾਰੀ ਫੇਰ ਹਾਜ਼ਰ ਹਾਂ ਸਤਾਰਜਾਸਪੀਰ ਸਿੰਘ ਅਟਾਰਨੀ ਐਟ ਲਾ ਜਿਹੜੇ ਕਿ ਅਮਰੀਕਾ ਦੇ ਮੰਨੇ ਪ੍ਰਮੰਨੇ ਅਟਾਰਨੀ ਆ ਉਹ ਸਾਡੇ ਸਟੂਡੀਓ ਵਿੱਚ ਇੱਕ ਵਾਰੀ ਫੇਰ ਹਾਜ਼ਰ ਆ ਹਫਤਾਵਾਰੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਤਾਰਜਾਸਪੀਰ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਾਸਪੀਰ ਸਿੰਘ ਜੀ ਬਹੁਤ ਸਾਰੇ ਅਤਰਾ ਜਿਹੜਾ ਹਮੇਸ਼ਾ ਹੀ ਜਿਹੜੇ ਜਦੋਂ ਦਾ ਆ ਇਲੈਕਸ਼ਨਸ ਹੋਈਆਂ ਤੇ ਸਾਨੂੰ ਦੇਖਣ ਨੂੰ ਮਿਲ ਰਹੇ ਆ ਖਾਸ ਕਰਕੇ ਇਮੀਗ੍ਰੇਸ਼ਨ ਜਿਹੜਾ ਹੈਗਾ ਉਹ ਕਾਫੀ ਬਦਲਾਅ ਆ ਰਹੇ ਆ ਮੌਜੂਦਾ ਪ੍ਰੈਜ਼ੀਡੈਂਟ ਜਿਹੜੇ ਜੋ ਬਾਈਡਨ ਆ ਉਹਨਾਂ ਨੇ ਬਹੁਤ ਸਾਰੇ ਬਦਲਾਅ ਕੀਤੇ ਆ ਜੋ ਪਹਿਲੇ ਪ੍ਰੈਜ਼ੀਡੈਂਟ ਟਰੰਪਸ ਆ ਕਰਕੇ ਸੀ ਹੁਣ ਉਹਨਾਂ ਨੇ ਜਿਹੜੇ ਬਾਰਡਰ ਤੋਂ ਲੋਕਾਂ ਦਾ ਜਿਹੜਾ ਆਉਣ ਵਾਲਾ ਰੁਝਾਨ ਆ ਉਹ ਸ਼ੁਰੂ ਕੀਤਾ 25000 ਜਿਹੜੇ ਮੈਕਸੀਕੋ ਬੈਠੇ ਹੋਏ ਆ ਲੋਕ ਉਹਨਾਂ ਨੂੰ ਆਉਣ ਬਾਰੇ ਉਹਨਾਂ ਨੇ ਜੈਸ ਕੀਤੀ ਆ ਇੱਕ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਉਸ ਤੋਂ ਇਲਾਵਾ ਅਸੀਂ ਆਇਸ ਦਾ ਕੋ ਨਵਾਂ ਅਪਡੇਟ ਉਹਦੇ ਬਾਰੇ ਗੱਲ ਕਰਾਂਗੇ ਤੇ ਨਾਲ ਦੀ ਨਾਲ ਹੀ ਆਪਾਂ ਗੱਲ ਕਰਾਂਗੇ ਲੋਕਾਂ ਦੇ ਜਿਹੜੇ ਸਾਡੇ ਆਡੀਅנס ਹਨ ਉਹਨਾਂ ਦੇ ਬਹੁਤ ਸਾਰੇ ਸਵਾਲ ਆਏ ਆ ਉਹ ਇਮੀਗ੍ਰੇਸ਼ਨ ਬਾਬਤ ਹੁੰਦੇ ਹਨ ਉਹਨਾਂ ਦੇ ਜਵਾਬ ਵੀ ਦਵਾਂਗੇ ਤੇ ਸਭ ਤੋਂ ਪਹਿਲਾਂ ਕੀ ਅਪਡੇਟ ਆ ਜੀ ਜੋ ਬਾਈਡਨ ਲੈ ਕੇ ਆਏ ਆ ਰੰਧਾਵਾ ਸਾਹਿਬ ਬਹੁਤ ਅਹਿਮ ਅਪਡੇਟ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਬੜਾ ਇੰਪੋਰਟੈਂਟ ਪ੍ਰੋਗਰਾਮ ਹੈ ਇਹਦੇ ਜਿਹੜੀ ਜਾਣਕਾਰੀ ਅਸੀਂ ਦੇ ਰਹੇ ਹਾਂ ਬੜੀ ਇੰਪੋਰਟੈਂਟ ਜਾਣਕਾਰੀ ਹੈ ਤੇ ਜਿਹੜਾ ਬਿੱਲ ਆਪਾਂ ਕਹਿ ਰਹੇ ਸੀ ਵੀ ਜੋ ਬਾਈਡਨ ਨੇ ਪਹਿਲੇ ਦਿਨ ਹੀ ਪ੍ਰੈਜ਼ੀਡੈਂਟ ਬਣਦੇ ਉਹ ਬਿੱਲ ਭੇਜਿਆ ਸੀਗਾ ਕਾਂਗਰਸ ਨੂੰ ਵੀ ਬਣਾਓ ਜੀ ਉਹ ਬਿੱਲ ਜਿਹੜਾ ਉਹ ਥਰਸਡੇ ਨੂੰ ਹਾਊਸ ਆਫ ਰੈਪ੍ਰੈਜ਼ੈਂਟੇਟਿਵ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਆ ਵੀਕ ਸੈਨੇਟ ਚ ਪੇਸ਼ ਹੋਏਗਾ ਹੁਣ ਉਹ ਬਿੱਲ ਦੇ ਵਿੱਚ ਕੀ ਆ ਕੌਣ ਉਹ ਚ ਕਵਰ ਹੋਏਗਾ ਕੌਣ ਨਹੀਂ ਉਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਆ ਉਹਦੇ ਨਾਲ ਨਾਲ ਜਿਹੜਾ ਆਈਸ ਦੀ ਨਵੀਂ ਗਾਈਡਲਾਈਨ ਆਈ ਹੈ ਆਈਸਓ ਜੈਂਸੀ ਆ ਜਿਹੜੀ ਕਿ ਇੱਥੇ ਜਿਹੜੇ ਅਨ ਡਾਕੂਮੈਂਟਡ ਬੰਦੇ ਨੇ ਉਹਨਾਂ ਨੂੰ ਫੜ ਕੇ ਰਿਪੋਰਟ ਕਰਦੀ ਆ ਤੇ ਉਹਨਾਂ ਨੂੰ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਗਿਆ ਵੀ ਕਿਹਨੂੰ ਫੜਨਾ ਕਿਹਨੂੰ ਨਹੀਂ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਇਹਦੇ ਨਾਲ ਨਾਲ ਆਪਾਂ ਜਿਹੜੇ ਸੈਲਮ ਵਾਲੇ ਬੰਦੇ ਜਿਹੜੇ ਕਿ ਹੁਣ ਮਤਲਬ ਮੈਕਸੀਕੋ ਤੋਂ ਇੱਥੇ ਆਉਣ ਲੱਗੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਜਿਹਦਾ ਬਾਰੇ ਤੁਸੀਂ ਜ਼ਿਕਰ ਕੀਤਾ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਜਿਹੜਾ ਸਭ ਤੋਂ ਇੰਪੋਰਟੰਟ ਖਬਰ ਆਉ ਉਹ ਜਿਹੜਾ ਸਿਟੀਜ਼ਨਸ਼ਿਪ ਐਕਟ ਆਫ 2021 ਉਹਦੇ ਬਾਰੇ ਗੱਲ ਕਰਦੇ ਹਾਂ ਇਹ 300 ਤੇ 53 ਪੇਜ ਦਾ ਬਿੱਲ ਅੱਛਾ ਹਾਊਸ ਦੇ ਵਿੱਚ ਪੇਸ਼ ਕੀਤਾ ਗਿਆ ਜੀ ਤੇ ਇਹਦੇ ਚ ਜਿਹੜੀਆਂ ਮੇਨ ਪ੍ਰੋਵੀਜ਼ਨਸ ਨੇ ਉਹ ਉਸੇ ਤਰ੍ਹਾਂ ਦੀਆਂ ਨੇ ਜਿਸ ਤਰ੍ਹਾਂ ਜੋ ਬਾਈਡਨ ਨੇ ਮਤਲਬ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਸੀਗਾ ਕਿ ਇਸ ਕਿਸਮ ਦਾ ਹੋਣਾ ਚਾਹੀਦਾ ਤੇ ਇਹਦੇ ਵਿੱਚ ਮੇਨਲੀ ਇਹ ਚਾਰ ਐਸਪੈਕਟਸ ਨੂੰ ਡੀਲ ਕਰਦਾ ਇੱਕ ਤਾਂ ਜਿਹੜੇ ਅਨ ਡਾਕੂਮੈਂਟਡ ਬੰਦੇ ਨੇ ਜਿਹੜੇ ਕਿ ਜਿਨ੍ਹਾਂ ਕੋਲ ਕਹਿ ਲਓ ਵੀ ਇੱਥੇ ਗ੍ਰੀਨ ਕਾਰਡ ਨਹੀਂ ਹੈਗਾ ਸਿਟੀਜ਼ਨਸ਼ਿਪ ਨਹੀਂ ਹੈਗੀ ਕੋਈ ਸਟੇਟਸ ਨਹੀਂ ਹੈਗਾ ਤੇ ਉਹ ਬੰਦੇ ਜੀ ਦੂਸਰੇ ਉਹ ਨੇ ਜਿਹੜੇ ਕਿ ਡਰੀਮਰ ਨੇ ਜਿਹੜੇ ਬੱਚੇ ਨੇ ਜਿਹੜੇ ਕਿ ਡਾਕਾ ਦੇ ਪ੍ਰੋਗਰਾਮ ਦੇ ਅੰਡਰ ਇੱਥੇ ਆਪਣੇ ਮਾਪੇ ਨਾਲ ਆਨ ਡਾਕੂਮੈਂਟਡ ਆਏ ਤੇ ਫਿਰ ਇੱਥੇ ਰਹਿ ਗਏ ਇੱਥੇ ਸਕੂਲ ਚ ਗਏ ਕਾਲਜ ਗਏ ਪਰ ਉਹਨਾਂ ਕੋਲ ਕੋਈ ਸਟੇਟਸ ਨਹੀਂ ਇਮੀਗ੍ਰੇਸ਼ਨ ਦਾ ਤੀਸਰੇ ਹੈਗੇ ਨੇ ਫਾਰਮ ਵਰਕਰ ਜਿਹੜੇ ਕਿ ਫਾਰਮਾਂ ਦੇ ਵਿੱਚ ਕੰਮ ਕਰਦੇ ਨੇ ਤੇ ਉਹ ਇੱਥੇ ਜਿਹੜਾ ਫਾਰਮ ਵਰਕਰ ਦਾ ਵੀਜ਼ਾ ਹੁੰਦਾ ਉੱਥੇ ਕੰਮ ਕਰ ਰਿਹਾ ਜੀ ਚੌਥੇ ਹੈਗੇ ਜਿਹੜੇ ਹੈਗੇ ਜਿੰਨਾਂ ਕੋ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਆ ਟੀਪੀਐਸ ਉਹਦੇ ਜੀ ਇੰਡੀਆ ਨਹੀਂ ਆ ਪਰ ਕਈ ਹੋਰ ਜਿਹੜੇ ਹੈਗੇ ਮੁਲਕ ਹੈਗੇ ਜਿਵੇਂ ਲਾਈਬੇਰੀਆ ਵਗੈਰਾ ਇਹਦੇ ਨਾਲ ਨਾਲ ਕੁਝ ਪ੍ਰੋਵੀਜ਼ਨਸ ਹੋਰ ਹੈਗੀਆਂ ਜਿਹੜੀਆਂ ਅੱਗੇ ਜਿਹੜੀ ਫੈਮਿਲੀ ਇਮੀਗ੍ਰੇਸ਼ਨ ਹੈ ਜਿਹਦੀਆਂ categories ਨੇ ਜਿਵੇਂ ਆਪਾਂ ਕਹਿੰਦੇ F4 category ਹੈਗੀ ਜਾਂ ਆਪਣਾ ਸਿਟੀਜ਼ਨ ਭੈਣ ਭਰਾ ਦਾ ਅਪਲਾਈ ਕਰਦਾ ਜਾਂ ਹੋਰ categories ਨੇ ਸਿਟੀਜ਼ਨ ਦੇ ਮਾਪੇਬਾਪ ਦੀ ਜਾਂ ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ ਜਾਂ ਗ੍ਰੀਨ ਕਾਰਡ ਹੋਲਡਰ ਦੇ ਉਹਨਾਂ ਨੂੰ ਜਿਹੜਾ ਹੈਗਾ ਤੇਜ਼ ਕਰਨ ਸੰਬੰਧੀ ਜਾਂ ਵੀਜ਼ਾ ਨੰਬਰ ਜ਼ਿਆਦਾ ਦੇਣ ਸੰਬੰਧੀ ਉਹ ਵੀ ਇਹਦੇ ਵਿੱਚ ਕੁਝ ਸੈਲਮ ਬਾਰੇ ਹੈਗਾ ਕਿ ਜਿਹੜੇ ਸੈਲਮ ਦੀ ਜਿਹੜੀ 1 ਇਅਰ ਦੀ ਬਾਰ ਆਮ ਤੌਰ ਤੇ ਜਿਹੜਾ ਬੰਦਾ ਆਉਂਦਾ ਉਹਨੂੰ 1 ਸਾਲ ਚ ਸੈਲਮ ਕਰਨਾ ਪੈਂਦਾ ਜੇ ਉਹ ਸਾਲ ਦੇ ਵਿੱਚ ਸੈਲਮ ਨਹੀਂ ਕਰਦਾ ਤਾਂ ਫਿਰ ਉਹ ਵਿਥਹੋਲਡਿੰਗ ਆਫ ਰਿਮੂਵਲ ਜਾਂ ਜਿਹੜੀ ਪ੍ਰੋਟੈਕਸ਼ਨ ਅੰਡਰ ਕੈਟ ਉਸ ਕਿਸਮ ਦੀ ਜਿਹੜੀ ਰੀਲੀਫ ਲਈ ਅਪਲਾਈ ਕਰਦਾ ਉਹਦੇ ਵਿੱਚ ਗ੍ਰੀਨ ਕਾਰਡ ਨਹੀਂ ਮਿਲਦਾ ਰਹਿਤ ਹੋ ਸਕਦਾ ਲੇਕਿਨ ਇਹ ਚ ਸੈਲਮ ਦੀ ਜਿਹੜੀ 1 ਇਅਰ ਬਾਰ ਆ ਵੀ ਸਾਲ ਚ ਅਪਲਾਈ ਕਰੋ ਉਹ ਵੀ ਹਟਾਈ ਗਈ ਆ ਵੀ ਉਹ ਸੈਲਮ ਜਿਹੜਾ ਬੰਦਾ ਉਹ ਸਾਲ ਤੋਂ ਵੱਧ ਕਰ ਸਕੇ ਇੱਕ ਇਹਦੇ ਜਿਹੜੀ ਡੈਪੂਟੇਸ਼ਨ ਲੱਗਦੀ ਜਿਵੇਂ ਇੱਥੋਂ ਕੋ ਰਿਪੋਰਟ ਹੁੰਦਾ ਉਹਨੂੰ 10 ਸਾਲ ਦੀ ਡੈਪੂਟੇਸ਼ਨ ਲਾਦੀ ਜਿਹੜਾ 6 ਮਹੀਨੇ ਤੋਂ ਵੱਧ ਓਵਰਸਟੇ ਕਰ ਦੇਵੇ ਉਹਤੇ ਵੀ ਡੈਪੂਟੇਸ਼ਨ ਉਹ ਜਿਹੜੀਆਂ ਡੈਪੂਟੇਸ਼ਨਸ ਹੈਗੀਆਂ 10 ਸਾਲ ਵਾਲੀ 5 ਸਾਲ ਵਾਲੀ 3 ਸਾਲ ਵਾਲੀ ਉਹਨੂੰ ਵੀ ਰਿਮੂਵ ਕੀਤਾ ਗਿਆ ਜੀ ਸੋ ਇਹ ਇਹਦੇ ਵਿੱਚ ਮੇਨ ਜਿਹੜੀਆਂ ਮਤਲਬ ਕਹਿ ਲਓ ਵੀ ਇਹਦੀ ਆਊਟਲਾਈਨ ਆ ਜੀ ਬਰੀਫਲੀ ਦੱਸਾਂਗੇ ਬਹੁਤ ਲੰਬਾ ਚੌੜਾ ਬਿੱਲ ਆ ਜੀ ਮੈਂ ਪੜਿਆ ਸਾਰਾ ਤੇ ਇਹਦੇ ਵਿੱਚ ਬੇਸਿਕਲੀ ਤਾਂ ਜਿਹੜੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਅਨ ਡਾਕੂਮੈਂਟਡ ਬੰਦੇ ਨੇ ਜਿਹੜੇ ਕਿ ਇਥੇ ਰਹਿ ਰਹੇ ਨੇ ਬਿਨਾ ਮਗਰੀਨ ਕਾਰਡ ਤੋਂ ਜਾਂ ਬਿਨਾ ਸਿਨਸ਼ਿਪ ਤੋਂ ਜਾਂ ਬਿਨਾ ਪੇਪਰਾਂ ਤੋਂ ਬਿਨਾ ਵਰ ਪਰਮਿਟ ਤੋਂ ਕੋਈ ਸਟੇਟਸ ਕੋਈ ਨਹੀਂ ਮਤਲਬ ਜਿਨਾਂ ਕੋ ਸਟੇਟਸ ਹੈ ਵੀ ਨਹੀਂ ਵੀ ਉਦਾਂ ਰਹੀ ਜਾਂਦੇ ਆ ਉਹਨਾਂ ਵਾਸਤੇ ਕੀ ਆ ਉਹਨਾਂ ਵਾਸਤੇ ਰੰਧਾਵਾ ਸਾਹਿਬ ਇਹਦੇ ਵਿੱਚ ਇੱਕ ਐਲ ਪੀ ਆਈ ਸਟੇਟਸ ਬਣਾਇਆ ਗਿਆ ਨਵਾਂ ਜੀ ਉਹਦਾ ਨਾਮ ਹੈਗਾ ਲਾਫੁਲ ਪ੍ਰੋਸਪੈਕਟਿਵ ਇਮੀਗਰੈਂਟ ਸਟੇਟਸ ਓਕੇ ਐਲ ਪੀ ਆਈ ਨੂੰ ਕਿਹਾ ਜਾਂਦਾ ਉਹ ਜਿਹੜਾ ਸਟੇਟਸ ਆ ਉਹਦੇ ਮਤਲਬ ਇਹ ਆ ਵੀ ਜਿਹੜਾ ਵੀ ਬੰਦਾ ਇੱਥੇ 2021 ਜਨਵਰੀ 1 2021 ਤੋਂ ਪਹਿਲਾਂ ਅਮਰੀਕਾ ਦੇ ਵਿੱਚ ਰਹਿ ਰਿਆ ਉਹਨੂੰ ਐਲਪੀਆਈ ਸਟੇਟਸ ਦੇ ਅੰਡਰ ਜਿਹੜਾ ਹੈਗਾ ਉਹ ਅਨਰੋਲ ਕਰਨਾ ਪਏਗਾ ਫਾਰਮ ਆਉਣਗੇ ਉਹ ਭਰਨੇ ਪੈਣੇ ਆ ਉਹਦੀ ਰਿਕੁਆਇਰਮੈਂਟ ਹੋਊਗੀ ਵੀ ਕਹਦਾ ਤੇ ਉਹਦੇ ਤਹਿਤ ਉਹਨੂੰ 5 ਸਾਲ ਲਈ ਇੱਥੇ ਜਿਹੜਾ ਕੰਮ ਕਰਨ ਲਈ ਵਰ ਪਰਮਿਟ ਆਉਣ ਜਾਣ ਲਈ ਪਰਮਿਸ਼ਨ ਉਹ ਮਿਲੇਗੀ ਜੀ 6 ਸਾਲ ਲਈ ਉਹ ਸਟੇਟਸ ਹੋਏਗਾ ਤੇ 6 ਸਾਲ ਬਾਅਦ ਉਹ ਹੋਰ ਨਿਊ ਵੀ ਹੋ ਸਕਦਾ ਇੱਕ ਵਾਰੀ ਓਕੇ ਉਸ ਤੋਂ ਬਾਅਦ ਜਿਹੜਾ ਹੈਗਾ ਪੰਜਾਂ ਸਾਲਾਂ ਬਾਅਦ ਉਹ ਬੰਦਾ ਜਿਹੜਾ ਹੈਗਾ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਦਾ ਇਹ ਸਟੇਟਸ ਨਾਲ ਦੀ ਨਾਲ ਚੱਲੇਗਾ ਇਹ 6 ਸਾਲ ਲਈ ਹੈ ਮੁੜ ਕੇ ਦੁਬਾਰਾ ਰੀਨਿਊ ਹੋ ਜਾਏਗਾ ਤੇ ਜਦੋਂ ਉਹ ਗ੍ਰੀਨ ਕਾਰਡ ਅਪਲਾਈ ਕਰੇਗਾ ਤਾਂ ਉਹਨੂੰ ਗ੍ਰੀਨ ਕਾਰਡ ਮਿਲਣ ਨੂੰ ਜੋ ਵੀ ਟਾਈਮ ਲੱਗੇਗਾ ਉਸ ਤੋਂ ਬਾਅਦ ਉਹ ਫਿਰ ਜਦੋਂ ਗ੍ਰੀਨ ਕਾਰਡ ਹੋਲਡਰ ਬਣ ਗਿਆ ਉਹ 8 ਸਾਲਾਂ ਬਾਅਦ ਸਿਨਰਸ਼ਿਪ ਲੈ ਸਕਿਆ ਮਤਲਬ ਗ੍ਰੀਨ ਕਾਰਡ ਬਣਨ ਤੋਂ 3 ਸਾਲ ਬਾਅਦ ਜੀ ਜੀ ਜਦੋਂ ਵੀ ਉਹਨੂੰ ਗ੍ਰੀਨ ਕਾਰਡ ਮਿਲਦਾ ਤਾਂ ਅਪਰੋਕਸੀਮੇਟਲੀ ਹੁਣ ਤੋਂ 8 ਸਾਲ ਨੇ ਪਰ ਟਾਈਮ ਵੱਧ ਘੱਟ ਵੀ ਹੋ ਸਕਦਾ ਹਾਂ ਤੇ ਜਦੋਂ ਉਹਨੇ ਗ੍ਰੀਨ ਕਾਰਡ ਅਪਲਾਈ ਕਰਨਾ ਉਦੋਂ ਉਹਦੇ ਜਿਹੜਾ ਬੈਕਗ੍ਰਾਉਂਡ ਚੈੱਕ ਹੋਏਗਾ ਉਹਦੇ ਉਹਨੂੰ ਟੈਕਸ ਭਰਨੇ ਪੈਣਗੇ ਉਹਨੂੰ ਜਿਹੜੀਆਂ ਮਤਲਬ ਪੈਨਲਟੀਆਂ ਲਾਉਣਗੇ ਜਾਂ ਫੀਸ ਕੋਈ ਐਕਸਟਰਾ ਉਹ ਉਹ ਭਰਨੀ ਪਵੇਗੀ ਉਹਦੇ ਨਾਲ ਜੇ ਉਹਦੇ ਵਾਈਫ ਤੇ ਬੱਚੇ ਇੱਥੇ ਹੈਗੇ ਆ ਉਹ ਵੀ ਅਪਲਾਈ ਕਰ ਸਕਣਗੇ ਜੀ ਸੋ ਇਹ ਜਿਹੜਾ ਇੱਕ ਐਲਪੀਆਈ ਸਟੇਟਸ ਆ ਜੀ ਜੀ ਇਹ ਜਿਹੜਾ ਹੈਗਾ ਇੱਕ ਨਵਾਂ ਮਤਲਬ ਜਿਹੜੀ ਹੈਗੀ ਆ ਉਹ ਕੈਟਾਗਰੀ ਇਹਨਾਂ ਨੇ ਬਣਾਈ ਆ ਇਸ ਕਾਨੂੰਨ ਦੇ ਅੰਡਰ ਜੀ ਤੇ ਇਹਦੇ ਅੰਡਰ ਹੁਣ ਆਪਾਂ ਗੱਲ ਕਰੀਏ ਜਿਹੜੀ ਇੰਪੋਰਟੈਂਟ ਆ ਵੀ ਕਿਹੜੇ ਨਈ ਇਨਕਲੂਡਡ ਵੀ ਕਿਹੜੇ ਉਹ ਬੰਦੇ ਨੇ ਜਿਹੜੇ ਕਿ ਇਹਦੇ ਵਿੱਚ ਨਹੀਂ ਸ਼ਾਮਲ ਹੋਣਗੇ ਜਿਹੜੇ ਗ੍ਰੀਨ ਕਾਰਡ ਨਹੀਂ ਲੈ ਸਕਣਗੇ ਇਸ ਪ੍ਰੋਗਰਾਮ ਦੇ ਥਰੂ ਓਕੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਤਾਂ ਹੋਗੇ ਅਮਰੀਕਨ ਸਿਟੀਜ਼ਨ ਉਹਨਾਂ ਨੂੰ ਲੋੜ ਨਹੀਂ ਜੀ ਦੂਜੇ ਹੋਗੇ ਅਮਰੀਕਨ ਗ੍ਰੀਨ ਕਾਰਡ ਹੋਲਡਰ ਜਿਹੜਾ ਅਮਰੀਕਨ ਗ੍ਰੀਨ ਕਾਰਡ ਹੋਲਡਰ ਆ ਉਹ ਚਾਹੇ ਉਹਨੂੰ ਕਿਵੇਂ ਗ੍ਰੀਨ ਕਾਰਡ ਮਿਲਿਆ ਉਹ ਬੰਦਾ ਇਹ ਨਹੀਂ ਅਪਲਾਈ ਕਰ ਸਕਦਾ ਓਕੇ ਤੀਸਰੇ ਹੈਗੇ ਨੇ ਸਾਈਲੀ ਜਿਹਨਾਂ ਦਾ ਸੈਲਮ ਦਾ ਕੇਸ ਪਾਸ ਹੋਇਆ ਹਮ ਹਮ ਜਿਨ੍ਹਾਂ ਦਾ ਪੋਲਿਟੀਕਲ ਸੈਲਮ ਦਾ ਕੇਸ ਪਾਸ ਹੋ ਗਿਆ ਪ੍ਰੂਫ ਜਿਹੜੇ ਪਾਸ ਹੋ ਚੁੱਕੇ ਆ ਚਾਹੇ ਉਹਨਾਂ ਨੇ ਜੇ ਗ੍ਰੀਨ ਕਾਰਡ ਨਹੀਂ ਵੀ ਅਪਲਾਈ ਕੀਤਾ ਕੋਈ ਦਾ ਸੈਲਮ ਪਾਸ ਹੁੰਦਾ ਉਹ ਸਾਲ ਬਾਅਦ ਗ੍ਰੀਨ ਕਾਰਡ ਕਰ ਸਕਦਾ ਚਾਹੇ ਉਹਨੇ ਕੀਤਾ ਗ੍ਰੀਨ ਕਾਰਡ ਜਿਹਦਾ ਪਾਸ ਹੋ ਗਿਆ ਕੇਸ ਸੈਲਮ ਦਾ ਜੀ ਉਹ ਇਹ ਸਟੇਟਸ ਨਹੀਂ ਲੈ ਸਕੇਗਾ ਕਿਉਂਕਿ ਉਹਨੂੰ ਆਪਣੇ ਸੈਲਮ ਦਾ ਕੇਸ ਜਿਹੜਾ ਪਾਸ ਹੋਇਆ ਉਹਦੇ ਰਾਹੀਂ ਗ੍ਰੀਨ ਕਾਰਡ ਮਿਲ ਸਕਦਾ ਓਕੇ ਉਦੋਂ ਬਾਅਦ ਹੋਗੇ ਜੀ ਜਿਹੜੇ ਨੌਨ ਇਮੀਗਰੈਂਟ ਵੀਜ਼ੇ ਤੇ ਇੱਥੇ ਆਗੇ ਆ ਜਿਵੇਂ H1 ਤੇ ਆ ਕੋਈ ਸਟੂਡੈਂਟ ਵੀਜ਼ੇ ਤੇ ਆ ਉਦੋਂ ਇਲਾਵਾ ਜਿਵੇਂ ਕੋਈ ਜਿਹੜਾ ਵਿਅਕਤੀ ਆ ਉਹ L1 ਵੀਜ਼ੇ ਤੇ ਆ ਉਹਦੀ ਅਜੇ ਡਿਟੇਲ ਚ ਕੈਟਾਗਰੀ ਆਏਗੀ ਪਰ ਜਿਹੜੇ ਕਿ ਇਸ ਕਿਸਮ ਦੇ ਨੌਨ ਇਮੀਗਰੈਂਟ ਵੀਜ਼ਾ ਤੇ ਆ ਉਹ ਇਹਦਾ ਫਾਇਦਾ ਨਹੀਂ ਲੈ ਸਕਣਗੇ ਪਰ ਉਹਨਾਂ ਦੇ ਸਪਾਊਸ ਤੇ ਬੱਚੇ ਜੇ ਇੱਥੇ ਆਗੇ ਉਹ ਲੈ ਸਕਦੇ ਆ ਉਹ ਤੋਂ ਇਲਾਵਾ ਹੈਗੇ ਆ ਜਿਹੜੇ ਬੰਦੇ ਕ੍ਰਿਮੀਨਲ ਨੇ ਜਿਨ੍ਹਾਂ ਦੇ ਕ੍ਰਿਮਿਨਲ ਰੈਕੋਰਡ ਬਣਿਆ ਹੋਇਆ ਓਕੇ ਜਿਨ੍ਹਾਂ ਦੇ ਕੋਈ ਫੈਲ ਨਹੀਂ ਲੱਗੀ ਆ ਸੀਰੀਅਸ ਤੇ ਉਹ ਬੰਦੇ ਚੋਂ ਬਾਹਰ ਹੋਣਗੇ ਇੱਕ ਜਿਹੜੇ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਨੇ ਜਿਨ੍ਹਾਂ ਦੇ ਟੈਰਰਿਜ਼ਮ ਦਾ ਚਾਰਜ ਆ ओके ਜਾਂ ਟੈਰਰਿਜ਼ਮ ਰਿਲੇਟਡ ਗੱਲਾਂ ਦੇ ਵਿੱਚ ਉਹਨਾਂ ਦੇ ਕੋਈ ਕੇਸ ਚੱਲਦਾ ਉਹ ਨਹੀਂ ਹੋਣਗੇ ਜੀ ਇੱਕ ਜਿਹੜੇ ਏਲੀਅਨ ਸਮਗਲਿੰਗ ਦੇ ਵਿੱਚ ਅਨੁਭਵ ਨੇ ਓਕੇ ਜਿਹੜੇ ਕਿ ਉਹਨਾਂ ਦੇ ਇਹ ਚਾਰਜ ਆ ਵੀ ਕਿਸੇ ਨੂੰ ਉਥੇ ਮਤਲਬ ਬਾਰਡਰ ਤੋਂ ਗੈਰਕੁਨਿ ਤਰੀਕਾ ਨਾਲ ਲੰਘਾ ਕੇ ਲਿਆਇਆ ਇੱਥੇ ਜਾਂ ਉਹ ਬੰਦੇ ਭੇਜਦੇ ਆ ਇੱਥੇ ਜਿਹੜੇ ਕਿ ਏਲੀਅਨ ਸਮਗਲਿੰਗ ਕਰਦੇ ਆ ਹਾਂਜੀ ਉਹ ਬੰਦੇ ਜਿਹੜੇ ਨੇ ਉਹ ਇਹਦੇ ਵਿੱਚੋਂ ਮਤਲਬ ਆਊਟ ਹੋਣਗੇ ਜੀ ਇੱਕ ਜਿਹੜੇ ਚਾਈਲਡ ਅਬਿਊਜ਼ਰ ਨੇ ਜਿਹੜੇ ਮਤਲਬ ਬੱਚਿਆਂ ਨੂੰ ਅਬਿਊਜ਼ ਕਰਦੇ ਉਹ ਇੱਚ ਨਹੀਂ ਹੋਣਗੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ categories ਜਿਹੜੇ ਵਿੱਚ ਨਹੀਂ ਹੋਣਗੇ ਸੋ ਸਾਡੇ ਮਤਲਬ ਨਾਲ ਇਹਦੇ ਵਿੱਚ ਜਿਹੜੀਆਂ ਮੋਸਟ ਇੰਪੋਰਟੈਂਟ ਮਤਲਬ ਕੈਟੇਗਰੀਆਂ ਜਿਹੜੇ ਬੰਦੇ ਇਨਕਲੂਡਡ ਨਹੀਂ ਹੋਣਗੇ ਉਹ ਤਿੰਨ ਹੀ ਨੇ ਓਕੇ ਇੱਕ ਤਾਂ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਹੂੰ ਚਾਹੇ ਉਹਨਾਂ ਨੂੰ ਸੈਲਮ ਤੇ ਗ੍ਰੀਨ ਕਾਰਡ ਮਿਲਿਆ ਵਿਆਹ ਤੇ ਮਿਲਿਆ ਉਹ ਇਹਦੇ ਅੰਡਰ ਨਹੀਂ ਲੈ ਸਕਦੇ ਪ੍ਰੋਟੈਕਸ਼ਨ ਕਿਉਂਕਿ ਆਲਰੇਡੀ ਗ੍ਰੀਨ ਕਾਰਡ ਹੋਲਡਰ ਨੂੰ ਲੋਡ ਨਹੀਂ ਬਿਲਕੁਲ ਦੂਸਰੇ ਜਿਹੜੇ ਨੇ ਜਿਨ੍ਹਾਂ ਨੂੰ ਸੈਲਮ ਪਾਸ ਹੋਇਆ ਓਕੇ ਸੋ ਜਿਨ੍ਹਾਂ ਦਾ ਸੈਲਮ ਚੱਲਦਾ ਜਿਵੇਂ ਕਿਸੇ ਦਾ ਪੋਲੀਟਿਕਲ ਸੈਲਮ ਦਾ ਕੇਸ ਫਾਈਲ ਹੋਇਆ ਜੇ ਇੰਟਰਵਿਊ ਨਹੀਂ ਆਈ ਜਾਂ ਕਿਸੇ ਦੀ ਇੰਟਰਵਿਊ ਆ ਗਈ ਕੋਰਟ ਚ ਰੈਫਰ ਹੋ ਗਿਆ ਕੋਰਟ ਦੇ ਵਿੱਚ ਜ ਜਦੋਂ ਮਾਸਟਰ ਡੇਟ ਪੈ ਗਈ ਤੇ ਇੰਡੀਵਿਜੂਅਲ ਡੇਟ ਗਾਹ ਹੋ ਗਈ ਕੋਵਿਡ ਕਰਕੇ ਅਜੇ ਡੇਟ ਕਿਸੇ ਦੀ ਮਈ ਚਾ ਕਿਸੇ ਦੀ ਅਗਲੇ ਸਾਲ ਆ ਜੀ ਜਿਹਦਾ ਵੀ ਪੋਲੀਟਿਕਲ ਸੈਲਮ ਦਾ ਕੇਸ ਚੱਲਦਾ ਕਿਸੇ ਮਤਲਬ ਸਟੇਟ ਚੱਲਦਾ ਕਿਸੇ ਸਟੈਟਸ ਚੱਲਦਾ ਕਿਸੇ ਕੈਟਾਗਰੀ ਚੱਲਦਾ ਜਿਵੇਂ ਫਰਜ਼ ਕਰੋ ਉਹਦਾ ਕੇਸ ਸੈਲਮ ਆਫਿਸ ਚਾ ਜਾਂ ਕੋਰਟ ਚਾ ਜਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਚਾ ਜਿਹਦਾ ਕੇਸ ਚੱਲਦਾ ਉਹਦੇ ਚ ਕਵਰ ਹੋਏਗਾ ਜੀ ਜਿਹਦਾ ਪਾਸ ਹੋ ਗਿਆ ਸੈਲਮ ਅਪਰੂਵ ਹੋ ਗਿਆ ਨੂੰ ਗ੍ਰਾਂਟ ਹੋ ਗਿਆ ਸੈਲਮ ਉਹ ਬੰਦਾ ਇਹ ਚ ਅਪਰੂਵ ਨਹੀਂ ਹੋਏਗਾ ਉਸ ਤੋਂ ਬਿਨਾ ਜਿਹਦਾ ਵੀ ਕੇਸ ਸੈਲਮ ਦਾ ਪੈਂਡਿੰਗ ਆ ਜੇ ਚਾਹੇ ਕੋਰ ਚਾਹੇ ਸੈਲਮ ਆਫਿਸ ਜਪੈਂਡਿੰਗ ਆ ਉਹ ਇਹਦੇ ਵਿੱਚ ਕਵਰ ਹੋਏਗਾ ਜੀ ਇਹਦੇ ਨਾਲ ਨਾਲ ਜਿਹੜੇ ਆਪਾਂ ਨੂੰ ਸਭ ਤੋਂ ਜ਼ਿਆਦਾ ਕਾਲਾਂ ਆਉਂਦੀਆਂ ਜਾਂ ਸਵਾਲ ਹੁੰਦੇ ਨੇ ਉਹ ਉਹਨਾਂ ਬੰਦੇ ਹੁੰਦੇ ਨੇ ਬੰਦਿਆਂ ਦੇ ਜਿਹੜੇ ਕਿ 트럼ਪ ਦੇ ਦੌਰਾਨ 트럼ਪ ਦੇ ਕਾਰਜਕਾਲ ਦੌਰਾਨ ਇੰਡੀਆ ਵਾਪਸ ਚਲੇ ਗਏ ਜਿਹੜੇ ਇਥੋਂ ਡਿਪੋਰਟ ਕੀਤੇ ਗਏ ਆ ਉਹਨਾਂ ਬਾਰੇ ਵੀ ਇਹ ਚ ਪ੍ਰੋਵੀਜ਼ਨ ਆ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਬੰਦਾ 17 ਤੋਂ ਲੈ ਕੇ 20 ਦੇ ਵਿੱਚ ਵਿੱਚ 2017 ਤੋਂ ਲੈ ਕੇ 2020 ਦੇ ਵਿੱਚ ਡਿਪੋਰਟ ਹੋਇਆ ਇਥੋਂ ਉਹ ਬੰਦਾ ਵੀ ਇਹ ਸਟੈਟਸ ਤੇ ਇੱਥੇ ਆ ਸਕੇਗਾ ਜੇ ਡਿਪੋਰਟ ਹੋਣ ਤੋਂ ਪਹਿਲਾਂ 3 ਸਾਲ ਅਮਰੀਕਾ 'ਚ ਰਿਹਾ ਓਕੇ ਸੋ ਜਿਹੜਾ ਬੰਦਾ ਡਿਪੋਰਟ ਹੋਣ ਤੋਂ ਪਹਿਲਾਂ 3 ਸਾਲ ਨਹੀਂ ਰਿਹਾ ਇੱਥੇ ਉਹ ਇਹਦੇ ਵਿੱਚ ਨਹੀਂ ਆਏਗਾ ਕਈ ਵਾਰੀ ਬਾਰਡਰ ਤੋਂ ਡਿਪੋਰਟ ਕਰਦੇ ਉਹ ਨਹੀਂ ਵਿੱਚ ਨਹੀਂ ਉਹ ਨਹੀਂ ਫਰਕ ਪੈਂਦਾ ਕਿਵੇਂ ਡਿਪੋਰਟ ਹੋਇਆ ਲੇਕਿਨ ਜਿਹੜਾ ਹੁਣ ਬਾਰਡਰ ਤੋਂ ਡਿਪੋਰਟ ਹੋਇਆ ਉਹਦਾ ਆਇਆ ਹੀ ਨਹੀਂ ਐਂਟਰੀ ਨਹੀਂ ਹੋਇਆ ਉਹਦਾ ਮਤਲਬ ਇਹ ਨਹੀਂ ਜਿਹੜਾ ਅਮਰੀਕਾ ਦੇ ਵਿੱਚ ਆ ਗਿਆ ਜੀ ਲੇਕਿਨ ਇਥੇ ਰਿਪੋਰਟ ਹੋਣ ਤੋਂ ਪਹਿਲਾਂ ਤਿੰਨ ਸਾਰ ਰਹਿਣਾ ਜ਼ਰੂਰੀ ਆ ਉਹਨੂੰ ਮਤਲਬ ਜਿਵੇਂ ਬੰਦਾ ਕੋਫਾ ਕਰੋ 2018 ਦੀ ਰਿਪੋਰਟ ਹੋਇਆ ਇਹ ਜਿਹੜਾ ਰਿਪੋਰਟ ਕਿਸੇ ਵੀ ਕੇਸ ਚ ਹੈ ਕਿ ਮਤਲਬ ਨਹੀਂ ਉਹ ਕੈਟੇਗਰੀਆਂ ਬਣਾਉਣਗੇ ਇਮੀਗ੍ਰੇਸ਼ਨ ਰਿਲੇਟਡ ਕੇਸ ਜਿਵੇਂ ਕਿਸੇ ਤੇ ਕੋਈ ਸੈਲਮ ਦਾ ਫੇਲ ਹੋ ਗਿਆ ਡੈਪੂਟੇਸ਼ਨ ਲੱਗੀ ਜਾਂ ਕੁਝ ਵੀ ਆ ਜਿਹੜੇ ਕ੍ਰਿਮਨਲ ਕੇਸ ਹਨ ਰਿਪੋਰਟ ਹੋਏ ਆ ਉਹ ਇਹਦੇ ਸ਼ਾਇਦ ਨਾ ਹੋਣ ਪਰ ਜਿਹੜੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਜਿਵੇਂ ਸੈਲਮ ਸਲੂਮ ਦੇ ਕੇਸਾਂ ਚ ਹੋਏ ਆ ਜੀ ਜੀ ਪਰ ਜਿਹੜੀ ਇੰਪੋਰਟੈਂਟ ਗੱਲ ਸਮਝਣ ਵਾਲੀ ਹੈ ਇਹਦੇ ਚ ਉਹ ਇਹ ਆ ਕਿ ਜਿਹੜਾ ਬੰਦਾ ਰਿਪੋਰਟ ਹੋਇਆ ਉਹ 2017 ਤੋਂ ਲੈ ਕੇ 20 ਦੇ ਵਿੱਚ ਰਿਪੋਰਟ ਹੋਇਆ ਹੋਣਾ ਚਾਹੀਦਾ ਜਿਹੜਾ ਹੁਣ 2015 ਚ ਰਿਪੋਰਟ ਹੋਇਆ 2016 ਚ ਰਿਪੋਰਟ ਹੋਇਆ 2014 ਚ ਰਿਪੋਰਟ ਹੋਇਆ ਉਹ ਇਹਦੇ ਵਿੱਚ ਕਵਰ ਨਹੀਂ ਹੋਏਗਾ ਓਕੇ ਸੋ ਰਿਪੋਰਟ ਹੋਇਆ ਹੋਵੇ 2017 ਤੋਂ 20 ਦੇ ਵਿੱਚ ਵਿੱਚ ਓਕੇ ਤੇ ਜਿਹੜਾ ਰਿਪੋਰਟ ਹੋਇਆ ਉਹ ਰਿਪੋਰਟ ਹੋਣ ਤੋਂ ਪਹਿਲਾਂ ਅਮਰੀਕਾ ਦੇ ਵਿੱਚ 3 ਸਾਲ ਰਿਹਾ ਹੋਵੇ ਹੂੰ ਹੂੰ ਸੋ ਜਿਹੜੇ ਬੰਦੇ ਅਮਰੀਕਾ ਦੇ ਵਿੱਚ ਬਾਰਡਰ ਕ੍ਰੋਸ ਕਰਕੇ ਆਏ 17 ਚ 16 ਚ 18 ਚ ਤੇ ਇੱਥੇ ਉਹ ਕੈਂਪਾਂ ਦੇ ਵਿੱਚ ਰਹੇ ਤੇ ਸਾਰ ਰਿਹਾ ਕੋਈ 8 ਮਹੀਨੇ ਰਿਹਾ ਕੋ ਡੇਢ ਸਾਲ ਰਿਹਾ ਕੋ 2 ਸਾਲ ਵੀ ਰਿਹਾ ਹੋਊਗਾ ਤੇ ਉਹਨਾਂ ਨੂੰ 트ੰਪ ਦੇ ਕਾਰਜਕਾਲ ਦੌਰਾਨ ਰਿਪੋਰਟ ਕੀਤਾ ਗਿਆ ਉਹ ਇਹਦੇ ਵਿੱਚ ਕਵਰ ਸਿਰਫ ਤੇ ਸਿਰਫ ਤਾਂ ਹੋਣਗੇ ਜੇ ਉਹ ਅਮਰੀਕਾ ਦੇ ਵਿੱਚ 3 ਸਾਲ ਰਹੇ ਆ ਜੇ ਬੰਦਾ 3 ਸਾਲ ਨਹੀਂ ਰਿਹਾ ਉਹ 3 ਸਾਲ ਤੋਂ ਪਹਿਲਾਂ ਰਿਪੋਰਟ ਹੋ ਗਿਆ ਡੇਢ ਸਾਲ ਚ ਹੋ ਗਿਆ ਸਾਲ ਚ ਹੋ ਗਿਆ 2 ਸਾਲ ਚ ਹੋ ਗਿਆ ਉਹ ਇਹ ਚ ਕਵਰ ਨਹੀਂ ਹੋਏਗਾ ਓਕੇ ਸੋ ਇਹਦਾ ਮਤਲਬ ਹੈ ਵੀ ਇਹ ਰੀਲੀਫ ਉਹਨਾਂ ਲਈ ਆ ਜਿਹੜੇ ਬੰਦੇ ਇਥੇ ਕਾਫੀ ਦੇਰ ਰਹੇ ਜੀ ਜੀ ਤੇ ਗੈਰ ਕਾਨੂੰਨੀ ਸੀ ਜਾਂ ਗੈਰ ਕਾਨੂੰਨੀ ਹੋ ਗਏ ਜਾਂ ਪੇਪਰ ਨਹੀਂ ਜਾਂ ਪੇਪਰ ਨਹੀਂ ਬਣ ਡੈਪੂਟੇਸ਼ਨ ਲੱਗੀ ਜਾਂ ਕਿਵੇਂ ਆ ਤੇ ਉਹਨਾਂ ਨੂੰ ਮੁੜ ਕੇ ਰਿਪੋਰਟ ਕਰ ਦਿੱਤਾ ਗਿਆ ਜੀ ਜੀ ਤੇ ਉਹ ਬੰਦੇ ਫਿਰ ਇਹ ਸਾਬਤ ਕਰ ਸਕਣ ਕਿ ਮੈਂ ਮੈਂ ਤਾਂ ਇੱਥੇ ਏਨੇ ਸਾਲ ਤੋਂ ਰਹਿ ਰਿਹਾ ਤਿੰਨ ਸਾਲ ਤੋਂ ਬਾਅਦ ਮੈਨੂੰ 10 ਸਾਲ ਹੋ ਗਏ 8 ਸਾਲ ਹੋ ਗਏ 20 ਸਾਲ ਹੋ ਗਏ ਲੇਕਿਨ ਜਿਹੜਾ ਬੰਦਾ ਇਮੀਡੀਏਟ ਆਇਆ ਜਿਵੇਂ ਉਹਨੂੰ ਕੋ ਬੰਦਾ 17 ਚ ਆਇਆ ਤਾਂ 18 ਇਨ ਰਿਪੋਰਟ ਹੋ ਗਿਆ ਜਾਂ 16 ਚ ਆਇਆ ਤਾਂ 17 ਇਨ ਰਿਪੋਰਟ ਹੋ ਗਿਆ ਉਹ ਬੰਦਾ ਇਹ ਚ ਕਵਰ ਨਹੀਂ ਹੋਊ ਕਿਉਂਕਿ ਉਹਦੀ ਜਿਹੜੀ ਸਟੇ ਆ ਉਹ ਡੈਪੂਟੇਸ਼ਨ ਤੋਂ ਪਹਿਲਾਂ 3 ਸਾਲ ਦੀ ਨਹੀਂ ਬਣ ਇਸ ਤੋਂ ਇਲਾਵਾ ਇਹ ਜਿਹੜਾ ਬਿੱਲ ਆ ਉਹ ਡੀਲ ਕਰਦਾ ਵੀ ਜਿਹੜੇ ਡਾਕਾ ਵਾਲੇ ਬੱਚੇ ਨੇ ਜਿਹੜੇ ਕਿ ਅਨਡਾਕੂਮੈਂਟਡ ਇੱਥੇ ਮਾਪੇ ਬਣਾਏ ਸੀ ਉਹਨਾਂ ਨੂੰ ਰਾਈਟ ਵੇ ਗ੍ਰੀਨ ਕਾਰਡ ਅਪਲਾਈ ਕਰ ਸਕਣਗੇ 5 ਸਾਲ ਠੀਕਣ ਦੀ ਲੋੜ ਨਹੀਂ ਜੀ ਉਦੋਂ ਬਾਅਦ ਜਿਹੜਾ ਹੈਗਾ ਫਾਰਮ ਵਰਕਰ ਜਿਹੜੇ ਕਿ ਫਾਰਮ ਵਰਕਰ ਇੱਥੇ ਪ੍ਰੋਗਰਾਮ ਆ ਬਕਾਇਦਾ ਇੱਕ ਜੀ ਜਿਨ੍ਹਾਂ ਨੂੰ ਉਹ ਇਹ ਤਹਿਤ ਵੀਜ਼ੇ ਮਿਲੇ ਹੋਏ ਆ ਤੇ ਉਹ ਫਾਰਮ ਫਾਰਮਾਂ 'ਚ ਕੰਮ ਕਰਦੇ ਨੇ ਉਹ ਵੀ ਗ੍ਰੀਨ ਕਾਰਡ ਲੈ ਸਕਣਗੇ ਓਕੇ ਇਸ ਤੋਂ ਇਲਾਵਾ ਜਿਹੜੇ ਜਿੰਨਾਂ ਕੋ ਟੈਂਪਰਰੀ ਪ੍ਰੋਟੈਕਟਿਡ ਸਟੇਟਸ ਆ ਉਹ ਇੱਕ ਕੈਟਾਗਰੀ ਹੁੰਦੀ ਹੈ ਜਿ ਆਪਣੇ ਇੰਡੀਆ ਵਾਲੇ ਨਹੀਂ ਹੈਗੇ ਹੋਰ ਮੁਲਕਾਂ ਉਹ ਵੀ ਲੈ ਸਕਣਗੇ ਉਹਦੇ ਨਾਲ ਨਾਲ ਜਿਹੜੇ ਫੈਮਿਲੀ ਜਿਹੜੀਆਂ ਹੈਗੀਆਂ ਵੀਜ਼ਾ ਕੈਟਾਗਰੀਜ਼ ਨੇ ਜਿਸ ਤਰ੍ਹਾਂ ਕਿ ਆਪਣੀ F4 ਕੈਟਾਗਰੀ ਹੋ ਗਈ ਜਿਹਦੇ ਵਿੱਚ ਕਿ ਆਪਣਾ ਸਿਟੀਜ਼ਨ ਭੈਣ ਭਰਾ ਦਾ ਕਰਦਾ ਜਾਂ ਆਪਣਾ ਗ੍ਰੀਨ ਕਾਰਡ ਹੋਲਡਰ ਆਪਣੇ ਓਵਰ 21 ਬੱਚਿਆਂ ਦੇ ਕਰਦੇ ਨੇ ਉਹ ਵੀ ਕੈਟਾਗਰੀ ਆ ਜਾਂ ਸਿਟੀਜ਼ਨ 21 ਸਾਲ ਤੋਂ ਉੱਪਰ ਬੱਚਿਆਂ ਦਾ ਜਿਹੜਾ ਸਿਟੀਜ਼ਨ ਦਾ 21 ਸਾਲ ਤੋਂ ਘੱਟ ਬੱਚਾ ਦਾ ਨਾਲ ਹੀ ਆ ਜਾਂਦਾ ਜਿਹੜਾ 21 ਤੋਂ ਉੱਪਰ ਆ ਅਨਮੈਰਿਡ ਉਹਦਾ ਕਰਦਾ ਜਾਂ ਮੈਰਿਡ ਦਾ ਕਰਦਾ ਇਹਨਾਂ ਕੈਟਾਗਰੀਆਂ ਦੇ ਵਿੱਚ ਵੀਜ਼ਾ ਨੰਬਰ ਵਧਾਈ ਜਾਣਗੇ ਤੇ ਇਹਦੇ ਨਾਲ ਨਾਲ ਇਹ ਆ ਵੀ ਜੇ ਕਿਸੇ ਦੇ ਕੇਸ ਨੂੰ ਅਪਰੂਵ ਹੋਏ ਨੂੰ 10 ਸਾਲ ਹੋ ਗਏ ਜੀ ਵੀ ਉਹਨੇ ਪਟੀਸ਼ਨ ਕੀਤੀ ਕਿਸੇ ਰਿਲੇਟਿਵ ਦੀ ਤੇ ਉਹ ਪਟੀਸ਼ਨ ਅਪਰੂਵ ਹੋ ਗਈ ਅਪਰੂਵ ਹੋਣ ਹੋਏ ਨੂੰ 10 ਸਾਲ ਹੋ ਗਿਆ ਆਲਰੇਡੀ ਉਹਨੂੰ ਵੀ ਆਉਣ ਦੀ ਪਰਮਿਸ਼ਨ ਹੋਏਗੀ ਇਹ ਬਹੁਤ ਵੱਡੀ ਰਾਹਤ ਆ ਖਾਸ ਕਰਕੇ ਉਹਨਾਂ ਬੰਦਿਆਂ ਲਈ ਜਿਹੜੇ ਕਿ ਉਥੇ ਇੰਡੀਆ ਦੇ ਵਿੱਚ 15-15 ਸਾਲ ਤੋਂ ਵੇਟ ਕਰ ਰਹੇ ਜਿਵੇਂ ਹੁਣ ਆਪਾਂ ਦੇਖੀਏ ਵੀ ਜਿਹੜੀ ਮਤਲਬ ਭਰਾ ਭੈਣ ਦੀ ਕੈਟਾਗਰੀ ਆ ਉਹ ਜਿਹੜਾ ਮੇਰੇ ਕੋਲ ਮਤਲਬ ਫਰਵਰੀ ਦਾ ਬੁਲੇਟਨ ਹੈਗਾ ਇਹਦੇ ਮੁਤਾਬਕ ਅਜੇ ਜਿਹੜਾ ਮਾਰਚ 2005 ਚੱਲ ਰਿਹਾ ਜੀ ਜੀ ਸੋ ਫਰਵਰੀ ਦੇ ਬੁਲੇਟਨ ਚ ਹੁਣ ਤੁਸੀਂ ਹਿਸਾਬ ਲਾਓ ਵੀ ਜਿਹੜਾ ਹੁਣ ਫਰਵਰੀ ਜਿਹੜਾ ਹੁਣ ਇਸ ਟਾਈਮ ਤੇ ਇੰਡੀਆ ਦਾ 15 ਮਾਰਚ 2005 ਚੱਲ ਰਿਹਾ ਜੀ ਜੀ ਤੇ ਇਹਨੂੰ 15 ਸਾਲ ਹੋ ਗਏ ਸੋ ਜਿਹੜੇ ਇਸ ਕਿਸਮ ਦੇ ਬੰਦੇ ਨੇ ਇਹ ਜਿਹੜੇ ਮਤਲਬ ਇਹਨਾਂ ਕੈਟੇਗਰੀਆਂ ਚ ਨੇ ਇਹਨਾਂ ਨੂੰ ਜੇ 10 ਸਾਲ ਹੋ ਜਾਣਗੇ ਪ੍ਰੂਵ ਹੋਏ ਨੂੰ ਪਟੀਸ਼ਨ ਨੂੰ ਤਾਂ ਉਹ ਆ ਸਕਣਗੇ ਇਹ ਵੀ ਇੱਥੇ ਪ੍ਰੋਵੀਜ਼ਨ ਆ। ਵੈਰੀ ਗੁੱਡ ਇਹਦੇ ਇਲਾਵਾ ਇੱਥੇ ਇੱਕ ਹੋਰ ਪ੍ਰੋਵੀਜ਼ਨ ਆ ਵੀ ਜਿਨ੍ਹਾਂ ਤੇ ਮਤਲਬ ਡੈਪੂਟੇਸ਼ਨ ਲੱਗੀ ਆ ਜਿਹੜੇ ਬੰਦੇ ਇਹਨੂੰ ਡਿਪੋਰਟ ਹੋ ਗਏ ਤੇ ਉਹਨਾਂ ਤੇ ਕਿਸੇ ਤੇ ਲੱਗੀ ਆ 10 ਸਾਲ ਦੀ ਕਿਸੇ ਤੇ 5 ਸਾਲ ਦੀ ਉਹ ਡੈਪੂਟੇਸ਼ਨ ਵੀ ਖਤਮ ਕੀਤੀ ਜਾਊਗੀ। ਓਕੇ ਉਹਦੇ ਨਾਲ ਨਾਲ ਜਿਹੜਾ ਪੋਲੀਟੀਕਲ ਸੈਲਮ ਦਾ ਕੇਸ ਵੀ ਤੁਹਾਨੂੰ 1 ਇਅਰ ਕਰਨਾ ਹੁੰਦਾ। ਉਦੀ ਜਿਹੜੀ ਸਾਲ ਦੀ ਬਾਅਰ ਆ ਉਹ ਖਤਮ ਕੀਤੀ ਜਾਊਗੀ ਜਿਹਨੂੰ ਸਾਲ ਤੋਂ ਉੱਤੇ ਹੋ ਗਿਆ ਆਏ ਨੂੰ ਉਹ ਵੀ ਕੇਸ ਆਪਣਾ ਮਤਲਬ ਸੈਲਮ ਕਰ ਸਕੂਗਾ ਕਰਦੇ ਹੁਣ ਵੀ ਆ ਪਰ ਹੁਣ ਉਹ ਸੈਲਮ ਦੇ ਅੰਡਰ ਨਹੀਂ ਆਉਂਦੇ ਉਹ ਵਿਦ ਹੋਲਡਿੰਗ ਆਫ ਰਿਮੂਵਲ ਜਾਂ ਜਿਹੜੀ ਹੈਗੀ ਪ੍ਰੋਟੈਕਸ਼ਨ ਅੰਡਰ ਕੈਟ ਉਹ ਵੀ ਰੀਲੀਫ ਹੁੰਦੀ ਉਹਦੇ ਅੰਡਰ ਆਉਂਦੇ ਆ ਉਹ ਚ ਗ੍ਰੀਨ ਕਾਰਡ ਨੇ ਉਹਨਾਂ ਨੂੰ ਮਿਲਦਾ ਇੱਥੇ ਰਹਿਣ ਦੀ ਪਰਮਿਸ਼ਨ ਤੇ ਵਰਕ ਪਰਮਿਟ ਮਿਲ ਜਾਂਦਾ ਜਿਹੜਾ ਸੈਲਮ ਅੰਡਰ ਆਵੇ ਉਹਨੂੰ ਜੇ ਸੈਲਮ ਪਾਸ ਹੋ ਜਾਵੇ ਗ੍ਰੀਨ ਕਾਰਡ ਮਿਲ ਸਕਦਾ ਸੋ ਇਹ ਵੀ ਇਹਦੇ ਵਿੱਚ ਹੈਗੀ ਕੈਟਾਗਰੀ ਸੋ ਇਹ ਬਾਕੀ ਜਿਹੜੀਆਂ এমਪਲੋਇਮੈਂਟ ਬੇਸਡ ਕੈਟਾ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਜਿਹੜੇ ਬੰਦੇ ਹੁਣ ਇੱਥੇ ਸਟੂਡੈਂਟ ਸਟੈਟਸ ਤੇ ਨੇ ਉਹਨਾਂ ਨੇ ਗਾ ਫਰਜ ਕਰੋ H1 ਲੈਣਾ ਜਾਂ ਗ੍ਰੀਨ ਕਾਰਡ ਕਰਨਾ ਉਹਨਾਂ ਵਾਸਤੇ ਵੀ ਕਾਫੀ ਸਹੂਲਤਾਂ ਨੇ ਹੁਣ ਨਾਲੋਂ ਬਹੁਤ ਮਤਲਬ ਬੈਟਰ ਆ ਸੋ ਮਤਲਬ ਕੁੱਲ ਮਿਲਾ ਕੇ ਇਹ ਕਿਸਮ ਦਾ ਡ੍ਰੀਮ ਬਿਲ ਆ ਮਤਲਬ ਇਸ ਤੋਂ ਵਧੀਆ ਇਮੀਗ੍ਰੇਸ਼ਨ ਦੇ ਹੱਕ 'ਚ ਬਿਲ ਕੋਈ ਹੋਰ ਨਹੀਂ ਸਕਦਾ ਤੇ ਨਾ ਹੀ ਪਿਛਲੇ 30 ਸਾਲਾਂ ਜਿੰਦਾ ਦਾ ਕੋਈ ਬਿਲ ਆਇਆ ਜਦੋਂ ਰੇਗਨ ਨੇ ਮਤਲਬ ਅਮਨੈਸਟੀ ਦਿੱਤੀ ਸੀ ਪ੍ਰੈਜ਼ੀਡੈਂਟ ਰੇਗਨ ਨੇ ਉਸ ਤੋਂ ਬਾਅਦ ਇਹ ਪਹਿਲਾ ਬਿਲ ਆ ਜਿਹੜਾ ਕਿ ਇੰਨਾ ਮਤਲਬ ਕੰਪਰੀਹੈਂਸਿਵ ਤਰੀਕੇ ਨਾਲ ਡੀਲ ਕਰਦਾ ਫਿਰ ਇਹ ਬਿਲ ਜਿਹ ਵੀ ਜਿਹੜੀ ਹੈਗੀ ਨਵੀਂ ਜਿਹੜੀ ਮਤਲਬ ਹੈਗੀਆਂ ਟੈਕਨੀਕਸ ਉਹਦੇ ਨਾਲ ਬਾਰਡਰ ਤੇ ਜਿਹੜੀ ਹੈਗੀ ਸਰਵੇਲੈਂਸ ਵਧਾਈ ਜਾਊਗੀ ਪਲੱਸ ਨਾਲ ਇਹ ਵੀ ਕਹਿੰਦਾ ਵੀ ਜਿਹੜੇ ਸੈਂਟਰਲ ਅਮਰੀਕਾ ਤੋਂ ਲੋਕ ਆਉਂਦੇ ਆ ਉਹਨਾਂ ਮੁਲਕਾਂ ਤੋਂ ਉਥੇ ਕੀ ਕੌਜ਼ ਨੇ ਵੀ ਉਥੇ ਹਜ਼ਾਰਾਂ ਦੀ ਗਿਣਤੀ ਜਾ ਜਾਂਦੇ ਨੇ ਕਾਫਲੇ ਉਹਨਾਂ ਨੂੰ ਰੋਕਣ ਵਾਸਤੇ ਵੀ ਜਿਹੜੇ ਉਹ ਮਤਲਬ ਉਹਨਾਂ ਦੀ ਜਿਹੜੀਆਂ ਸਰਕਾਰਾਂ ਨਾਲ ਰਾਬਤਾ ਕੀਤਾ ਜਾਊਗਾ ਉਹਨਾਂ ਨੂੰ ਏਡ ਵੀ ਦਿੱਤੀ ਜਾਊਗੀ ਉਹਦੇ ਖਰਚਾ ਵੀ ਕੀਤਾ ਜਾਊਗਾ ਤਾਂ ਕਿ ਉਥੋਂ ਦੇ ਬੰਦੇ ਨਾ ਇੱਥੇ ਆਉਣ ਸੋ ਕੁੱਲ ਮਿਲਾ ਕੇ ਬਹੁਤ ਹੀ ਵਧੀਆ ਬਿੱਲ ਹੈ ਬਹੁਤ ਹੀ ਜ਼ਿਆਦਾ ਇਮੀਗ੍ਰੇਸ਼ਨ ਦੇ ਹੱਕ ਚ ਹੈ ਪਰ ਦੇਖਣ ਵਾਲੀ ਗੱਲ ਇਹ ਆ ਕਿ ਕੀ ਇਹ ਬਿੱਲ ਜਿਹੜਾ ਹੈਗਾ ਇਸੇ ਰੂਪ ਚ ਪਾਸ ਹੋਏਗਾ ਕਿ ਨਹੀਂ ਜਾਂ ਕਦੋਂ ਹੋਏਗਾ ਆਮ ਤੌਰ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਬਿੱਲ ਪੇਸ਼ ਹੋਣ ਤੋਂ ਬਾਅਦ ਪਾਸ ਹੋਣ ਨੂੰ ਕਿੰਨਾ ਲੰਮਾ ਚੜਾਅ ਇਹ ਪ੍ਰੋਸੈਸ ਹੈਗਾ ਅ ਰੰਧਾਵਾ ਸਾਹਿਬ ਇਹ ਬਿੱਲ ਜਿਹੜਾ ਪੇਸ਼ ਹੋਇਆ ਇਹ ਪਹਿਲਾਂ ਜਦੋਂ ਹਾਊਸ ਹੋਇਆ ਇਦਾਂ ਹੀ ਹੁਣ ਸੈਨੇਟ 'ਚ ਹੋਣਾ ਜੀ ਇਹ ਜਿਹੜੀਆਂ ਇਹਨਾਂ ਦੀਆਂ ਹਾਊਸ ਤੇ ਸੈਨੇਟ ਦੀਆਂ ਜੁਡੀਸ਼ਰੀ ਕਮੇਟੀਆਂ ਨੇ ਉਹਨਾਂ ਦੇ ਵਿੱਚ ਜਾਊਗਾ ਜੀ ਜੁਡੀਸ਼ਰੀ ਕਮੇਟੀ ਉਹ ਕਮੇਟੀ ਹੁੰਦੀ ਜਿਹੜੀ ਕਿ ਮਤਲਬ ਬਿੱਲਾਂ ਨਾਲ ਸੰਬੰਧਤ ਹੁੰਦੀ ਆ ਜਾਂ ਜਿਹੜੀਆਂ ਅਪਾਇੰਟਮੈਂਟਸ ਹੁੰਦੀਆਂ ਨੇ ਜੱਜਾਂ ਦੀਆਂ ਜਾਂ ਹੋਰ ਉਹ ਕਰਦੀ ਹੈ ਟੇਕ ਕੇਅਰ ਜੀ ਸੋ ਉਹਦੇ ਵਿੱਚ ਜਿਹੜੇ ਸੈਂਟਰ ਨੇ ਉਹ ਜ਼ਿਆਦਾਤਰ ਜਿਹੜੇ ਲੀਗਲ ਬੈਕਗ੍ਰਾਉਂਡ ਦੇ ਹੁੰਦੇ ਆ ਤੇ ਜਿਹੜੇ ਹੈਗੇ ਕੌਂਗਰੈਸਮੈਨ ਉਹ ਵੀ ਮਤਲਬ ਉਹਨਾਂ ਦਾ ਲੀਗਲ ਬੈਕਗ੍ਰਾਉਂਡ ਹੁੰਦਾ ਉਹ ਇਹਨੂੰ ਦੇਖਣਗੇ ਉਹ ਫਿਰ ਆਪੋ ਆਪਣੀ ਜਾਂ ਕਿਸੇ ਨੇ ਕੋਈ ਐਮੈਂਡਮੈਂਟ ਕਰਨੀ ਹੈ ਇਹਦੇ ਹੱਕ ਜਾਂ ਖਿਲਾਫ ਜੀ ਉਹ ਕਰਨਗੇ ਉਹ ਫਿਰ ਇਹਨੂੰ ਜਦੋਂ ਉਹਨਾਂ ਨੇ ਦੇਖ ਲਿਆ ਵੀ ਸਾਰਾ ਠੀਕ ਆ ਉਹ ਇੱਕ ਜਿਹੜੀ ਹੈਗੀ ਆ ਇਹਦੀ ਇੱਕ ਸਬਕਮੇਟੀ ਵੀ ਬਣਾ ਸਕਦੇ ਆ ਹਮਮ ਕਿ ਉਹ ਫਿਰ ਇਹਨੂੰ ਹੋਰ ਬੈਟਰ ਤਰੀਕੇ ਨਾਲ ਡੀਲ ਕਰੂਗੀ ਰੀਚ ਆਊਟ ਕਰੂਗੀ ਦੂਜਿਆਂ ਨੂੰ ਜਿਹੜੇ ਦੀ ਵਿਰੋਧਤਾ ਕਰਦੇ ਉਹਨਾਂ ਨਾਲ ਗ ਕੋਈ ਜਿਹੜਾ ਹੈਗਾ ਉਹ ਕਾਮਨ ਗਰਾਉਂਡ ਲੱਭਣਾ ਦੀ ਜਿਹੜੀ ਕੋਸ਼ਿਸ਼ ਕੀਤੀ ਜਾਊਗੀ ਵੀ ਵੀ ਜਿਹੜਾ ਕੋਈ ਇਹ ਜੀ ਗੱਲ ਤੇ ਸਹਿਮਤੀ ਹੋ ਸਕੇ ਵੀ ਜਿਹੜੀ ਗੱਲ ਤੇ ਮੇਨ ਲੀਡਰ ਸਾਰੇ ਸਹਿਮਤ ਹੋ ਜਾਣ ਦੋਨਾਂ ਪਾਰਟੀਆਂ ਦੇ ਡੈਮੋਕ੍ਰੈਟਿਕ ਤੇ ਰਿਪਬਲਿਕਨ ਜੇ ਕਿਸੇ ਨੂੰ ਕੋਈ ਤਰਾਜ ਆ ਤਰਾਜ ਦੂਰ ਕੀਤਾ ਜਾ ਸਕੇ ਤਰਾਜ ਇਹ ਤੇ ਹੋਏਗਾ ਕਿਉਂਕਿ ਇਹ ਬਹੁਤ ਬ੍ਰਾਡ ਆ ਜੀ ਬਹੁਤ ਜ਼ਿਆਦਾ ਇੰਨੀ ਖੁੱਲ ਅੱਜ ਤੱਕ ਨਹੀਂ ਕਦੇ ਮੈਂ ਜਿੰਨੀ ਦੇਰ ਮੈਨੂੰ ਬਖ 23 ਸਾਲ ਹੋ ਗਏ ਵਕਾਲਤ ਕਰਦੇ ਨੂੰ ਅਮਰੀਕਾ ਚ ਐਜ਼ ਅ ਟਾਰਨੀ ਪ੍ਰੈਕਟਿਸ ਕਰਦੇ ਨੂੰ ਇਹੋ ਜਿਹਾ ਬਿੱਲ ਤਾਂ ਅੱਜ ਤੱਕ ਮੈਂ ਨਹੀਂ ਦੇਖਿਆ ਕੋਈ ਜੀ ਸੋ ਮੈਨੂੰ ਵੀ ਪੜਦੇ ਜਦੋਂ ਮੈਂ ਪੜ ਰਿਹਾ ਸੀਗਾ ਉਹ ਮੈਨੂੰ ਬੜੀ ਹੈਰਾਨੀ ਹੋਈ ਪੜ ਕੇ ਮੈਂ ਕਿਹਾ ਵੀ ਇਹਦਾ ਯਕੀਨ ਨਹੀਂ ਆ ਰਿਹਾ ਵੀ ਇਦਾਂ ਦਾ ਬਿੱਲ ਵੀ ਇੱਥੇ ਪੇਸ਼ ਹੋ ਸਕਦਾ ਜਿਹੜਾ ਕਿ ਇੰਨਾ ਜ਼ਿਆਦਾ ਲਿਬਰਲ ਹੈ ਇੰਨਾ ਜ਼ਿਆਦਾ ਇਮੀਗਰੈਂਟਸ ਦੇ ਹੱਕ ਚ ਜੀ ਤੇ ਜਦੋਂ ਇਹਦੀ ਵਿਰੋਧਤਾ ਹੋਊਗੀ ਤਾਂ ਉਹਦੇ ਵਾਸਤੇ ਉਹਦੇ ਵਿੱਚ ਸੁਭਾਵਿਕ ਹੀ ਆ ਵੀ ਉਹ ਕੋਸ਼ਿਸ਼ ਕਰਨਗੇ ਲੱਭਣ ਦੀ ਕਿ ਮਿਡਲ ਗਰਾਉਂਡ ਹੋਵੇ ਵੀ ਜਿੱਥੇ ਕਿ ਇਹਨੂੰ ਪਾਸ ਕਿਵੇਂ ਕਰਾਇਆ ਜਾਣਾ ਇਹ ਵੀ ਹੋ ਸਕਦਾ ਹੈ ਕਿ ਸਾਰੇ ਸਾਰਾ ਪਾਸ ਨਾ ਹੋਵੇ ਇਹ ਪੀਸੀਸ ਦੇ ਵਿੱਚ ਪਾਸ ਹੋਵੇ ਜਿਵੇਂ ਬੱਚਿਆਂ ਦਾ ਜਿਹੜਾ ਹੈਗਾ ਉਹ ਉਹ ਬਿਲ ਅੱਡ ਪਾਸ ਹੋਵੇ ਪ੍ਰੋਸੈਸ ਤੇ ਸ਼ੁਰੂ ਹੋ ਗਿਆ ਐਗਰੀਕਲਚਰ ਵਰਕਰ ਦਾ ਅੱਡ ਹੋਵੇ ਸੋ ਇਸ ਤਰ੍ਹਾਂ ਅੱਡ ਅੱਡ ਤਰੀਕੇ ਨਾਲ ਇਹ ਮਤਲਬ ਪਾਸ ਹੋਵੇ ਜੀ ਪਰ ਮਤਲਬ ਪ੍ਰੋਸੈਸ ਸ਼ੁਰੂ ਹੋ ਗਿਆ ਤੇ ਪ੍ਰੋਸੈਸ ਵੀ ਉਸ ਟਾਈਮ ਤੇ ਸ਼ੁਰੂ ਹੋਇਆ ਜਦੋਂ ਕਿ ਮੈਜੋਰਟੀ ਹੈਗੀ ਦੋਨਾਂ ਹਾਊਸਸ ਦੇ ਵਿੱਚ ਤੇ ਪਲੱਸ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਪ੍ਰੈਜ਼ੀਡੈਂਟ ਬਾਈਡਨ ਦੀ ਉਹ ਚਾਹੁੰਦੀ ਹੈ ਇਹ ਮਤਲਬ ਪਾਸ ਹੋਵੇ ਇਸ ਕਰਕੇ ਇਹ ਬਹੁਤ ਹੀ ਮਤਲਬ ਖੁਸ਼ੀ ਦੀ ਗੱਲ ਹੈਗੀ ਇਮੀਗ੍ਰੈਂਟਸ ਵਾਸਤੇ ਵੀ ਇਸ ਕਿਸਮ ਦਾ ਬਿੱਲ ਜਿਹੜਾ ਹੈਗਾ ਉਹ ਉਹ ਪੇਸ਼ ਹੋਇਆ ਤੇ ਇਹਦੇ ਪਿੱਛੇ ਸਰਕਾਰ ਦੀ ਬੈਕਿੰਗ ਆ ਜੀ 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 ਕਈ ਵਾਰੀ ਬਿੱਲ ਪੇਸ਼ ਹੋ ਜਾਂਦੇ ਨੇ ਉਹਦੇ ਪਿੱਛੇ ਜਿਹੜੀ ਮਤਲਬ ਪਾਰਟੀ ਦੀ ਲੀਡਰਸ਼ਿਪ ਹੁੰਦੀ ਉਹ ਨਹੀਂ ਹੁੰਦੀ ਜਿਹੜਾ ਪ੍ਰੈਜ਼ੀਡੈਂਟ ਆ ਉਹ ਨਹੀਂ ਹੁੰਦਾ ਪਰ ਇਸ ਬਿੱਲ ਦੇ ਪਿੱਛੇ ਪ੍ਰੈਜ਼ੀਡੈਂਟ ਵੀ ਆ ਜਿਹੜੀ ਪਾਰਟੀ ਦੀ ਲੀਡਰਸ਼ਿਪ ਆ ਹਾਊਸ ਦੀ ਤੇ ਸੈਨੇਟ ਦੀ ਉਹ ਵੀ ਆ ਤੇ ਇਹਦੇ ਨਾਲ ਨਾਲ ਮਤਲਬ ਕੁਝ ਰਿਪਬਲਿਕਨ ਵੀ ਲੱਗਣਗੇ ਹੂੰ ਹੂੰ ਪਰ ਕੀ ਇਹ ਬਿੱਲ ਇਸ ਰੂਪ ਚ ਪਾਸ ਹੁੰਦਾ ਵੀ ਜਿਵੇਂ ਪੇਸ਼ ਹੋਇਆ ਕਾ ਕਿਹਦੇ ਵਿੱਚੋਂ ਕੁਝ ਕੱਢਿਆ ਜਾਂਦਾ ਜਾਂ ਹੋਰ ਕੁਝ ਪਾਇਆ ਜਾਂਦਾ ਇਹ ਜਿਹੜਾ ਹੈਗਾ ਸਮਾਂ ਦੱਸੇਗਾ ਲੇਕਿਨ ਕੁੱਲ ਮਿਲਾ ਕੇ ਇਮੀਗ੍ਰੈਂਟਸ ਵਾਸਤੇ ਬਹੁਤ ਹੀ ਇਹ ਮਤਲਬ ਚੰਗਾ ਬਿੱਲ ਹੈ ਉਹਨਾਂ ਦੇ ਹੱਕ ਚ ਬਿੱਲ ਹੈ ਤੇ ਇਹ ਜਿਹੜਾ ਬਿੱਲ ਹੈਗਾ ਇਹ ਕਾਫੀ ਹੱਦ ਤੱਕ ਜਿਹੜੀਆਂ ਇੱਥੇ ਸਮੱਸਿਆਵਾਂ ਹਨ ਇਮੀਗ੍ਰੈਂਟਸ ਦੀਆਂ ਉਹਨਾਂ ਨੂੰ ਦੂਰ ਕਰਦਾ ਜੀ ਜੀ ਇੱਕ ਅਮਰੀਕਾ ਦੀ ਪ੍ਰਸ਼ਾਸਨ ਵੱਲੋਂ ਆਈਸ ਬਾਰੇ ਕੋਈ ਨਵਾਂ ਰੂਲਸ ਲਾਗੂ ਹੋਏ ਉਹਦੇ ਬਾਰੇ ਕੀ ਹੈ ਜੀ ਅਪਡੇਟ ਆਈਸ ਜਿਹੜੀ ਆ ਏਜੰਸੀ ਆ ਦਾਵਾ ਸਾਹਿਬ ਆਈਸ ਕੀ ਆ ਆਪਣੀ ਆਡੀਅੰਸ ਨੂੰ ਹਾਂਜੀ ਆਈਸ ਜਿਹੜੀ ਆ ਉਹ ਏਜੰਸੀ ਆ ਜਿਹੜੀ ਕਿ ਇਮੀਗ੍ਰੇਸ਼ਨ ਤੇ ਜਿਹੜੇ ਮਤਲਬ ਕਾਨੂੰਨ ਨੇ ਉਹਨਾਂ ਨੂੰ ਇਨਫੋਰਸ ਕਰਦੀ ਆ ਅਮਰੀਕਾ 'ਚ ਜੀ ਅਮਰੀਕਾ ਜਿਹੜੇ ਇਮੀਗ੍ਰੇਸ਼ਨ ਦੇ ਵਾਲਟਰ ਹੁੰਦੇ ਉਹਨਾਂ ਨੂੰ ਪੁਲਿਸ ਨਹੀਂ ਫੜਦੀ ਜਿਹੜੀ ਪੁਲਿਸ ਹੁੰਦੀ ਆ ਉਹ ਲੋਕਲ ਜਿਹੜਾ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੁੰਦੀ ਆ ਉਹਨਾਂ ਨੂੰ ਆਈਸ ਫੜਦੀ ਆ ਸੋ ਇਹ ਉਹ ਏਜੰਸੀ ਆ ਜਿਹਦਾ ਕਿ ਬੜਾ ਡਰ ਸੀਗਾ 트럼ਪ ਦੇ ਅੰਡਰ ਕੋਈ ਪ੍ਰੈਜ਼ੀਡੈਂਟ 트럼ਪ ਨੇ ਬੜੀ ਖੋਲ ਦਿੱਤੀ ਸੀ ਇਹਨਾਂ ਨੂੰ ਤੇ ਜਿਹਦੇ ਤੇ ਵੀ ਡੈਪੂਟੇਸ਼ਨ ਲੱਗੀ ਆ ਜਾਂ ਕੋਈ ਵੀ ਗੈਰਕਾਨੂੰਨੀ ਆ ਇਹ ਜਿਹਨੂੰ ਮਰਜ਼ੀ ਫੜ ਸਕਦੇ ਤੇ ਜੀ ਜਿੱਤੇ ਆਰਡਰ ਹੋਇਆ ਡੈਪੂਟੇਸ਼ਨ ਦਾ ਜਾਂ ਕਿਵੇਂ ਹੋਇਆ ਉਹਨੂੰ ਫੜ ਕੇ ਵਾਪਸ ਭੇਜ ਸਾਇ ਸੀ ਭੇਜੇ ਵੀ ਇਹਨਾਂ ਨੇ ਬੰਦੇ ਉਦੋਂ ਬਹੁਤ ਤੇ ਹੁਣ ਰੰਧਾਵਾ ਸਾਹਿਬ ਇਹਦੇ ਚ ਜਿਹੜਾ ਆਈਸ ਐਕਟਿੰਗ ਡਾਕਟਰ ਆ ਉਹਨੇ ਆਈਸਾੜਾ ਦੇ ਹੱਥ ਬੰਨਤੇ ਆ ਤੇ ਉਹਨੇ ਕਿਹਾ ਵੀ ਤੁਸੀਂ ਸਿਰਫ ਤਿੰਨ categories ਦੇ ਬੰਦਿਆਂ ਨੂੰ ਰਿਪੋਰਟ ਕਰਨਾ ਉਸ ਤੋਂ ਬਿਨਾ ਹੋਰ ਕਿਸੇ ਨੂੰ ਰਿਪੋਰਟ ਨਹੀਂ ਕਰਨਾ ਪਹਿਲੀ categories ਹੈਗੀ ਆ ਉਹ ਬੰਦੇ ਜਿਹੜੇ ਕਿ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਨੇ ਜਿਹੜੇ ਕਿ ਨੈਸ਼ਨਲ ਸਿਕਿਉਰਿਟੀ ਜਿਹੜੀ ਅਮਰੀਕਾ ਦੀ ਆ ਉਹਦੇ ਅਗੇਂਸ ਨੇ ਜਿਵੇਂ ਕਿਸੇ ਉਹ ਟੈਰੇਰਿਸਟ ਐਕਟੀਵਿਟੀਜ਼ ਮਤਲਬ ਇਨਵੋਲਵਡ ਨੇ ਜੀ ਦੂਜੀ ਹੈਗੀ ਆ ਜਿਹੜੇ ਬਾਰਡਰ ਸਕਿਉਰਿਟੀ ਲਈ ਖਤਰਾ ਨੇ ਉਹਨਾਂ ਵਿੱਚੋਂ ਉਹ ਬੰਦੇ ਨੇ ਜਿਹੜੇ ਕਿ ਨਵੰਬਰ 1 2020 ਤੋਂ ਬਾਅਦ ਆਏ ਆ ਜਿਹੜਾ ਬੰਦਾ ਨਵੰਬਰ 1 2020 ਤੋਂ ਬਾਅਦ ਅਮਰੀਕਾ ਜਾਇਆ ਉਹ ਬੰਦੇ ਨੂੰ ਉਹ ਫੜ ਕੇ ਰਿਪੋਰਟ ਕਰ ਸਕਦਾ ਜਿਹੜਾ ਉਸ ਤੋਂ ਪਹਿਲਾਂ ਆਇਆ ਉਹਨੂੰ ਨਹੀਂ ਫੜਨਗੇ ਜੀ ਜੀ ਤੀਸਰਾ ਹੈਗਾ ਪਬਲਿਕ ਸੇਫਟੀ ਨੂੰ ਖਤਰਾ ਉਹਦਾ ਮਤਲਬ ਹੈ ਉਹ ਬੰਦੇ ਜਿਹੜੇ ਕਿ ਇਥੇ ਕ੍ਰਾਈਮ ਕਰਦੇ ਨੇ ਜਿਨ੍ਹਾਂ ਨੇ ਕਿ ਕ੍ਰਿਮੀਨਲ ਨੇ ਤੇ ਜਿੱਥੇ ਉਹ ਰਹਿੰਦੇ ਨੇ ਜਿਸ ਉਹ ਮਤਲਬ ਸ਼ਹਿਰ ਜਿਹੜੇ ਰਹਿੰਦੇ ਨੇ ਜਿਸ ਉਹ ਜਿਹੜਾ ਹੈਗਾ ਸਬਡਿਵੀਜ਼ਨ ਚ ਰਹਿੰਦੇ ਨੇ ਜਿਸ ਅਪਾਰਟਮੈਂਟ ਕੰਪਲੈਕਸ ਚ ਰਹਿੰਦੇ ਨੇ ਜੀ ਜੀ ਉਹਨਾਂ ਨੂੰ ਉਹਨਾਂ ਤੋਂ ਖਤਰਾ ਕੁਗੀ ਉਹਨਾਂ ਦੀ ਕ੍ਰਿਮਨਲ ਐਕਟੀਵਿਟੀ ਕਰਕੇ ਜੀ ਜੀ ਇਨਦਰ ਰਿਪੋਰਟਸ ਕੇ ਜਿਨ੍ਹਾਂ ਦੇ ਕ੍ਰਿਮਨਲ ਚਾਰजेस ਨੇ ਸੋ ਇਹ ਤਿੰਨ ਕੈਟੇਗਰੀ ਦੇ ਬੰਦਿਆਂ ਨੂੰ ਉਹਨਾਂ ਨੇ ਕਿਹਾ ਰਿਪੋਰਟ ਕਰੋ ਇਹ ਤੋਂ ਇਲਾਵਾ ਜਿਹੜੇ ਹੋਰ ਨੇ ਜਿਵੇਂ ਕੋਈ ਬੰਦਾ ਬੜੀ ਧੀਰ ਤੋਂ ਰਹਿ ਰਿਹਾ ਹੋ ਤੇ ਡੈਪੂਟੇਸ਼ਨ ਲੱਗੀ ਆ ਜਾਂ ਉਦਾਂ ਹੀ ਰਹਿ ਰਿਹਾ ਤਾਂ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਕੋਈ ਕ੍ਰਿਮਿਡ ਰੈਕੋਰਡ ਨਹੀਂ ਕੁਝ ਨਹੀਂ ਉਹਨੂੰ ਰਿਪੋਰਟ ਨਾ ਕਰੋ ਓਕੇ ਸੋ ਇਹ ਬਹੁ ਉਹਨਾਂ ਬੰਦਿਆਂ ਲਈ ਜਿਨ੍ਹਾਂ ਕੋਲ ਇੱਥੇ ਕਾਗਜ਼ ਹੈ ਨਹੀਂ ਜਿਹੜੇ ਆਨ ਡਾਕੂਮੈਂਟਡ ਨੇ ਜਾਂ ਜਾਂ ਨਾ ਤੇ ਕੋਈ ਡੈਪੂਟੇਸ਼ਨ ਦਾ ਆਰਡਰ ਲੱਗਿਆ ਪਰ ਉਹਨਾਂ ਦੇ ਖਿਲਾਫ ਕੋ ਕ੍ਰਿਮਨਲ ਕੇਸ ਨਹੀਂ ਕੋਈ ਉਹਨਾਂ ਨੇ ਕ੍ਰਿਮਨਲ ਐਕਟੀਵਿਟੀ ਨਹੀਂ ਕੋਈ ਮਾੜਾ ਕੰਮ ਨਹੀਂ ਕੀਤਾ ਸੋ ਉਹਨਾਂ ਬੰਦਿਆਂ ਦੇ ਉੱਤੇ ਇਹ ਜਿਹੜਾ ਹੈਗਾ ਇਹ ਮਤਲਬ ਹੁਣ ਜਿਹੜਾ ਆਈਸ ਦਾ 56 ਉਹ ਨਹੀਂ ਕਸਿਆ ਜਾਏਗਾ ਸਿਰਫ ਇਹ ਜਿਹੜੀਆਂ ਤਿੰਨ ਕੈਟੇਗਰੀਆਂ ਇਹਨਾਂ ਤੇ ਹੀ ਹੋਏਗਾ ਸੋ ਇਹ ਵੀ ਇੱਕ ਇਮੀਗ੍ਰੈਂਟਸ ਵਾਸਤੇ ਬਹੁਤ ਵੱਡੀ ਰਾਹਤ ਆ ਠੀਕ ਆ ਬਹੁਤ ਸਾਰੀਆਂ ਖੁਸ਼ਕਬੀਆਂ ਲੈ ਕੇ ਤੁਸੀਂ ਅੱਜ ਆਏ ਹੋ ਅਮੀਰ ਕਰਦੇ ਆ ਕਿ ਸਾਡੇ ਜਿਹੜੇ ਆਡੀਅנס ਆ ਉਹਨਾਂ ਨੂੰ ਕਾਫੀ ਜਾਣਕਾਰੀ ਮਿਲੀ ਹੋਊਗੀ ਕਿਉਂਕਿ ਸਾਡੇ ਚੈਨਲਸ ਤੇ ਅਕਸਰ ਪੁੱਛਦੇ ਆ ਕਿ ਇਹ ਜਿਹੜੇ ਰਸਤੇ ਆ ਕਦੋਂ ਖੁੱਲਣਗੇ ਅਸੀਂ ਕਦੋਂ ਆ ਸਕਾਂਗੇ ਸਾਡੇ ਕੇਸ ਜਿਹੜੇ ਆ ਉਹ ਕਦੋਂ ਪਾਸ ਹੋਣਗੇ ਤੇ ਹੋਰ ਵੀ ਬਹੁਤ ਸਾਰੀਆਂ ਉਹਨਾਂ ਦੀਆਂ ਪ੍ਰੋਬਲਮਸ ਹੁੰਦੀਆਂ ਜਿਹੜੀਆਂ ਕਿ ਅਕਸਰ ਉਹ ਸਾਨੂੰ YouTube ਚੈਨਲ ਤੇ ਵੀ ਪੁੱਛਦੇ ਆ ਜਾਂ ਸਾਡੇ TV ਤੇ ਵੀ ਪੁੱਛਦੇ ਆ ਤੇ ਇਹ ਸਾਨੂੰ ਅੱਜ ਕਾਫੀ ਵਧੀਆ ਰਾਹਤ ਜਿਹੜੀ ਮਿਲੀ ਆ ਖੁਸ਼ਖਬਰੀ ਆ ਸਮੂਹ ਜਿਹੜੇ ਜਨਤਾ ਲਈ ਸਮੂਹ ਵਰਲਡਵਾਈਡ ਜਿਹੜੇ ਲੋਕ ਰਹਿੰਦੇ ਆ ਜਿਹੜੇ ਅਮਰੀਕਾ ਆਉਣਾ ਚਾਹੁੰਦੇ ਆ ਤੇ ਯਾਤਰਾ ਜਿਹੜੇ ਰਹਿ ਰਹੇ ਆ ਉਹਨਾਂ ਲਈ ਇਹ ਬੜੀ ਖੁਸ਼ਖਬਰੀ ਆ ਅ ਜਸਪੀਰ ਸਿੰਘ ਜੀ ਤੁਹਾਡਾ ਥੈਂਕ ਯੂ ਤੁਸੀਂ ਬੜੀ ਵਧੀਆ ਜਾਣਕਾਰੀ ਅੱਜ ਲੈ ਕੇ ਆਏ ਹੋ ਇਸ ਤੋਂ ਪਹਿਲਾਂ ਕਿ ਅਸੀਂ ਅਗਲਾ ਜਿਹੜਾ ਐਪੀਸੋਡ ਸ਼ੁਰੂ ਕਰੀਏ ਅਸੀਂ ਦੱਸ ਦਿੰਨਾ ਚਾਹੁੰਦੇ ਹਾਂ ਕਿ ਸਰ ਜਸਪੀਰ ਸਿੰਘ ਹੋਰਾਂ ਦਾ ਫੋਨ ਨੰਬਰ ਜਿਹੜਾ ਹੈਗਾ ਉਹ 9179154142 ਤੁਸੀਂ ਕਦੇ ਵੀ ਉਹਨਾਂ ਨੂੰ ਉਹਨਾਂ ਦੇ ਫੋਨ ਨੰਬਰ ਤੇ WhatsApp ਫੋਨ ਨੰਬਰ ਉੱਤੇ ਤੁਸੀਂ ਆਪਣਾ ਮੈਸੇਜ ਜਿਹੜਾ ਉਹ ਛੱਡ ਸਕਦੇ ਹੋ ਤੇ ਕੋਈ ਵੀ ਇਮੀਗ੍ਰੇਸ਼ਨ ਬਾਬਤ ਜਿਹੜਾ ਸਵਾਲ ਆ ਉਹ ਤੁਸੀਂ ਉੱਥੇ ਕਰ ਸਕਦੇ ਆ। ਇਸ ਦੇ ਨਾਲ ਨਾਲ ਸਾਡਾ ਜਿਹੜਾ YouTube ਚੈਨਲ ਪੰਜਾਬ ਮੇਲ ਯੂਐਸਏ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਉਹਦੇ ਵਿੱਚ ਵੀ ਤੁਸੀਂ ਬੈਲ ਆਈਕਨ ਦਬਾਉਤ ਆਗੇ ਜਿਹੜੀ ਤੁਹਾਨੂੰ ਨੈਕਸਟ ਜਿਹੜੀ ਇਨਫੋਰਮੇਸ਼ਨ ਆਰ ਟਾਈਮ ਟੂ ਟਾਈਮ ਉਹ ਮਿਲਦੀ ਰਹੇ ਤਾਂ ਕਿ ਤੁਸੀਂ ਇਮੀਗ੍ਰੇਸ਼ਨ ਤੇ ਕੋਈ ਵੀ ਬਦਲਾਅ ਹੁੰਦਾ ਜਾਂ ਉਹਦੀ ਕੋਈ ਅਪਡੇਟਸ ਆਂਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਅਗਲਾ ਸਾਡਾ ਜਿਹੜਾ ਪਾਰਟ ਹੈਗਾ ਜੀ ਹੁਣ ਅਸੀਂ ਸਵਾਲਾਂ ਦੇ ਜਵਾਬ ਜਿਹੜੇ ਦੇਵਾਂਗੇ ਸਾਡੇ ਜਿਹੜੇ ਆਡੀਅנס ਬਹੁਤ ਸਾਰੇ ਸਵਾਲ ਜਿਹੜੇ ਉਹਨਾਂ ਨੇ ਕੀਤੇ ਸਾਡੇ YouTube ਚੈਨਲ ਦਾ ਰਾਹੀਂ ਸਵਾਲ ਤੇ ਬਹੁਤ ਜਿਆਦਾ ਹੁੰਦੇ ਆ ਅਸੀਂ ਸਿਰਫ ਸਿਲੇਕਟਡ ਸਵਾਲ ਜਿਹੜੇ ਆ ਉਹ ਲੈਨੇ ਆ ਤਾਂ ਕਿ ਜਿਹੜਾ ਉਹਨਾਂ ਦਾ ਜਵਾਬ ਜਿਹੜਾ ਉੱਥੇ ਮਿਲ ਸਕੇ ਬਹੁਤ ਸਾਰੇ ਲੋਕਾਂ ਨੇ ਤੁਹਾਡਾ ਧੰਨਵਾਦ ਵੀ ਕੀਤਾ ਉਹਨਾਂ ਨੂੰ ਪਿਛਲੇ ਐਪੀਸੋਡ ਚ ਉਹਨਾਂ ਦਾ ਜਿਹੜਾ ਮਸਲੇ ਸੀਗੇ ਉਹ ਹੱਲ ਕਰਨ ਵਿੱਚ ਤੁਸੀਂ ਬੜੀ ਉਹਨਾਂ ਦੀ ਹੈਲਪ ਕੀਤੀ ਆ ਪਹਿਲਾ ਸਵਾਲ ਹੈ ਜੀ ਸਾਡੇ ਆਡੀਅנס ਜਿਹੜੇ ਪੁੱਛ ਰਹੇ ਆ ਵੀ ਸਾਡੀ ਅਸੈਲਮ ਗ੍ਰਾਂਟ ਹੋਣ ਤੋਂ ਬਾਅਦ ਵਿਚ ਕੇਸ ਕੋਰਟ ਵਿੱਚ ਚੱਲ ਗਿਆ ਸੀ ਮੈਨੂੰ ਵਿਧ ਹੋਲਡਿੰਗ ਗ੍ਰਾਂਟ ਮਿਲ ਗਈ ਸੀ ਹੁਣ ਮੈਂ ਯੂ ਐਸ ਸਿਟੀਜ਼ਨ ਨਾਲ ਵਿਆਹ ਕਰਵਾ ਲਿਆ ਆਈ 130 ਅਪਰੂਵ ਹੋ ਗਿਆ ਕੇਸ ਕੋਰਟ ਵਿੱਚ ਹੈ ਕੀ ਮੈਨੂੰ ਇੰਡੀਆ ਵਾਪਸ ਜਾਣ ਤੋਂ ਬਗੈਰ ਗ੍ਰੀਨ ਕਾਰਡ ਮਿਲ ਸਕੇਗਾ ਹਾਂਜੀ ਇਹਨਾਂ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਬੇਨਤੀ ਹੋਰ ਕਰਦਾ ਸਾਰਿਆਂ ਨੂੰ ਵੀ ਜਿਹੜਾ ਇਹ ਕਾਨੂੰਨ ਰੱਖਿਆ ਗਿਆ ਜਿਹੜਾ ਕਿ ਇਹ ਲਾ ਜਿਹੜਾ ਆਪਾਂ ਵੀਰਵਾਰ ਨੂੰ ਪੇਸ਼ ਹੋਇਆ ਹਾਊਸ ਦੇ ਵਿੱਚ ਈ ਦਾ ਨਾਮ ਹੈਗਾ ਸਿਟੀਜ਼ਨਸ਼ਿਪ ਐਕਟ 2021 ਇਹ ਅਜੇ ਪੇਸ਼ ਹੋਇਆ ਅਜੇ ਕਾਨੂੰਨ ਬਣਿਆ ਨਹੀਂ ਸੋ ਇਹਦੇ ਤਹਿਤ ਕੋਈ ਬੰਦਾ ਇਹ ਨਾ ਸੋਚੇ ਵੀ ਉਹ ਲਾਅ ਬਣ ਗਿਆ ਜਾਂ ਉਹਦੇ ਅੰਡਰ ਅਪਲਾਈ ਕਰਨਾ ਸ਼ੁਰੂ ਹੋ ਜੂਗਾ ਜਾਂ ਐਪਲੀਕੇਸ਼ਨ ਕਿੱਥੋਂ ਮਿਲੂਗੀ ਜਾਂ ਕਦੋਂ ਭਰੇ ਜਾਣਗੇ ਫਾਰਮ ਅਜੇ ਇਹੋ ਜਿਹਾ ਕੁਝ ਨਹੀਂ ਅਜੇ ਲਾਅ ਇੱਕ ਪੇਸ਼ ਹੋਇਆ ਉਹ ਪੇਸ਼ ਹੋ ਕੇ ਤੇ ਬੜਨ ਦੇ ਵਿੱਚ ਉਹਨੂੰ ਟਾਈਮ ਵੀ ਲੱਗਣਾ ਉਹਦੇ ਵਿੱਚ ਚੇਂਜਸ ਵੀ ਆਉਣੀਆਂ ਨੇ ਜਿੰਨੀ ਦੇਰ ਇਹ ਲਾਅ ਹਾਊਸ ਚ ਨਹੀਂ ਪਾਸ ਹੁੰਦਾ ਉਦੋਂ ਬਾਅਦ ਸੈਨੇਟ ਚ ਨਹੀਂ ਪਾਸ ਹੁੰਦਾ ਤੇ ਫਿਰ ਪ੍ਰੈਜ਼ੀਡੈਂਟ ਸਾਈਨ ਨਹੀਂ ਕਰਦਾ ਫੇਰ ਉਸ ਤੋਂ ਬਾਅਦ ਇਹ ਜਿਹੜੀ ਇਮੀਗ੍ਰੇਸ਼ਨ ਦੇ ਫਾਰਮ ਨਹੀਂ ਕੱਢਦੀ ਉਨੀਂ ਦੇਰ ਤੱਕ ਇਹਦੇ ਤੇ ਕਿਸੇ ਦਾ ਵੀ ਅਪਲਾਈ ਕਰਨ ਦਾ ਕੋਈ ਸਵਾਲ ਨਹੀਂ ਅਜੇ ਸਿਰਫ ਵੇਟ ਆ ਉਹ ਅਸੀਂ ਜਾਣਕਾਰੀ ਦਿੰਦੇ ਰਵਾਂਗੇ ਆਪਣੇ ਪ੍ਰੋਗਰਾਮਾਂ ਰਾਹੀਂ ਵੀ ਇਹ ਕਾਨੂੰਨ ਜਿਹੜਾ ਉਹ ਹੁਣ ਹਾਊਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ ਕੀ ਪ੍ਰੋਗਰੈਸ ਕਰ ਰਿਹਾ ਕਿੰਨਾ ਟਾਈਮ ਲੱਗ ਰਿਹਾ ਕੀ ਇਹ ਚ ਕੱਢਿਆ ਜਾ ਰਿਹਾ ਕੀ ਇਹ ਚ ਪਾਇਆ ਜਾ ਰਿਹਾ ਲੇਕਿਨ ਜਿੰਨੀ ਦੇਰ ਤੱਕ ਇਹ ਪਾਸ ਨਹੀਂ ਹੁੰਦਾ ਉਨੀਂ ਦੇਰ ਤੱਕ ਕੋਈ ਜਿਹੜਾ ਸਾਡਾ ਸਰੋਤਾ ਇਹ ਨਾ ਸਮਝੇ ਵੀ ਇਹ ਅਮਰੀਕਾ ਚ ਲਾ ਬਣ ਗਿਆ ਹੁਣ ਇਹ ਚ ਸਾਰੇ ਪੱਕੇ ਹੋ ਜਾਣੇ ਇਦਾਂ ਦੀ ਅਜੇ ਕੋਈ ਗੱਲ ਨਹੀਂ ਇਹ ਇੱਕ ਸ਼ੁਰੂਆਤ ਆ ਅਸੀਂ ਚਾਹੁੰਦੇ ਆ ਵੀ ਬਣੇ ਪਰ ਅਜੇ ਤੱਕ ਉਹ ਬਣਿਆ ਨਹੀਂ ਅਜੇ ਮਤਲਬ ਉਹਦੀ ਸ਼ੁਰੂਆਤ ਹੋਈ ਆ ਅਸੀਂ ਤਾਂ ਜਿਹੜੀ ਸ਼ੁਰੂਆਤ ਆ ਉਹਦੇ ਬਾਰੇ ਗੱਲ ਕਰ ਰਹੇ ਆ ਵੀ ਉਹ ਚ ਕੀ ਕੀ ਇਨਕਲੂਡ ਹੋਇਆ ਜੀ ਤੇ ਜਿਹ ਰਹੀ ਗੱਲ ਜਿਹੜੇ ਹੁਣ ਆਪਣੇ ਇਹਨਾਂ ਦਾ ਜਵਾਬ ਆ ਇਸ ਤਰ੍ਹਾਂ ਆ ਕਿ ਇਹਨਾਂ ਨੂੰ ਜੇ ਵਿਥਹੋਲਡਿੰਗ ਆਫ ਰਿਮੂਵਲ ਮਿਲੀ ਆ ਤੇ ਇਹਦਾ ਮਤਲਬ ਆ ਵੀ ਇਹ ਗ੍ਰੀਨ ਕਾਰਡ ਨਹੀਂ ਲੈ ਸਕਦੇ ਇੱਥੇ ਰਹਿ ਸਕਦੇ ਆ ਹੁਣ ਜੇ ਇਹਨਾਂ ਨੇ ਸਿਟੀਜ਼ਨ ਨਾਲ ਵਿਆਹ ਕਰਾ ਲਿਆ ਤੇ ਇਹਨਾਂ ਦੀ ਐਂਟਰੀ ਲੀਗਲ ਨਹੀਂ ਹੈਗੀ ਇਹਨਾਂ ਨੂੰ ਇੰਡੀਆ ਜਾਣਾ ਪੈਣਾ ਜੀ ਸੋ ਇਹ ਇੰਡੀਆ ਜਾ ਕੇ ਉੱਥੋਂ ਲੈ ਕੇ ਆ ਸਕਦੇ ਜੇ ਇਹਨਾਂ ਦੀ ਐਂਟਰੀ ਲੀਗਲ ਆ ਇਹ ਇੱਥੇ ਵੀਜ਼ਾ ਲੈ ਕੇ ਆਏ ਆ ਫਿਰ ਇੱਥੇ ਹੀ ਪੱਕੇ ਹੋ ਸਕਦੇ ਆ ਮਤਲਬ ਗ੍ਰੀਨ ਕਾਰਡ ਉਹਨੂੰ ਮਿਲ ਸਕਦਾ ਪਰ ਜੇ ਮੈਨੂੰ ਲੱਗਦਾ ਵੀ ਜਿਹੜੀ ਨਾ ਇਹ ਸਿਚੁਏਸ਼ਨ ਆ ਉਹ ਇਹ ਆ ਵੀ ਇਹ ਮਤਲਬ ਇਲ ਇਹ ਉਥੇ ਬਾਰਡਰ ਕ੍ਰੋਸ ਕਰਕੇ ਆਏ ਆ ਓਕੇ ਤੇ ਇਹਨਾਂ ਦੀ ਐਂਟਰੀ ਲੀਗਲ ਨਹੀਂ ਆ ਇਹਨਾਂ ਨੂੰ ਇੰਡੀਆ ਜਾਣਾ ਪਏਗਾ ਇੰਡੀਆ ਜਾ ਕੇ ਉੱਥੋਂ ਫੇ ਇਹਨਾਂ ਨੂੰ ਵਾਪਸ ਲਿਆਉਣਾ ਪੈਣਾ ਇੱਥੇ ਰਹਿ ਕੇ ਇਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲਣਾ ਇਹ ਜ਼ਰੂਰੀ ਹੈ ਕਿ ਇੰਡੀਆ ਹੀ ਜਾਣ ਜਾਂ ਕਿਸੇ ਹੋਰ ਕੰਟਰੀ ਵਿੱਚ ਚਲੇ ਜਾਏ ਨਹੀਂ ਜਿਹੜੀ ਕੰਟਰੀ ਦਾ ਸਿਟੀਜ਼ਨ ਆ ਉੱਥੇ ਹੀ ਜਾਣਾ ਪੈਂਦਾ ਉੱਥੇ ਹੀ ਜਾਣਾ ਪਊਗਾ ਓਕੇ ਅਗਲਾ ਸਵਾਲ ਸਾਡੇ ਦਰ ਸੈਲਮ ਐਪਲੀਕੇਸ਼ਨ ਨਵੇਂ ਸਿਟੀਨਨਸ਼ਿਪ ਐਕਟ 2121 ਦੇ ਅੰਡਰ ਆਏਗਾ ਆਪਾਂ ਦੱਸ ਚੁੱਕੇ ਹਾਂ ਵੀ ਹਾਂਜੀ ਉਹ ਮੈਂ ਇੱਕ ਵਾਰੀ ਫੇਰ ਦੱਸਦਾ ਵੀ ਜਿਹੜੇ ਬੰਦਿਆਂ ਨੇ ਸੈਲਮ ਦਾ ਕੇਸ ਅਪਲਾਈ ਕੀਤਾ ਜੀ ਤੇ ਸੈਲਮ ਦਾ ਕੇਸ ਉਹਦਾ ਚੱਲ ਰਿਹਾ ਉਹ ਬੰਦੇ ਜਿਹੜੇ ਆ ਉਹ ਚ ਕਵਰ ਹੋਣਗੇ ਪਰ ਜਿਨ੍ਹਾਂ ਦਾ ਸੈਲਮ ਦਾ ਕੇਸ ਪਾਸ ਹੋ ਗਿਆ ਜਿਹੜੇ ਕਿ ਅਸਾਈਲੀ ਨੇ ਅਸਾਈਲੀ ਦਾ ਮਤਲਬ ਹੁੰਦਾ ਜੀ ਜਿਹਦਾ ਸੈਲਮ ਗ੍ਰਾਂਟ ਹੋ ਗਿਆ ਅਸਾਈਲੀ ਤੇ ਰਿਫਿਊਜੀ ਉਹ ਨਹੀਂ ਜਿਹਨਾਂ ਦਾ ਚੱਲਦਾ ਕੇਸ ਜਿਹਦਾ ਆਲਰੇਡੀ ਪਾਸ ਹੋ ਗਿਆ ਜਿਹਦਾ ਪਾਸ ਹੋ ਗਿਆ ਕੇ ਸੈਲਮ ਦਾ ਉਹ ਇਹਦੇ ਚ ਨਹੀਂ ਆਏਗਾ ਕਿਉਂਕਿ ਉਹਨੂੰ ਸੈਲਮ ਦੇ ਰਾਹੀਂ 7 ਸਾਲ ਬਾਅਦ ਗ੍ਰੀਨ ਕਾਰਡ ਮਿਲ ਸਕਦਾ ਪਰ ਜਿਹਦਾ ਕੇਸ ਸੈਲਮ ਦਾ ਅਜੇ ਚੱਲਦਾ ਪਾਸ ਨਹੀਂ ਹੋਇਆ ਚਾਹੇ ਉਹ ਸੈਲਮ ਆਫਿਸ ਚੱਲ ਰਿਹਾ ਚਾਹੇ ਉਹ ਕੋਰਟ ਚੱਲ ਰਿਹਾ ਚਾਹੇ ਉਹ ਕਿਸੇ ਅਪੀਲ ਚੱਲ ਰਿਹਾ ਉਹ ਬੰਦਾ ਇਹ ਚ ਕਵਰ ਹੋ ਸਕਦਾ ਜੀ 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 ਅਗਲਾ ਸਵਾਲ ਹੈ ਜੀ ਕੀ ਯੂਐਸਏ ਬੌਰਨ ਬੱਚੇ ਨੂੰ ਕੋਈ ਇੰਡੀਆ ਰਹਿ ਇੰਡੀਆ ਚ ਰਹਿ ਕੇ ਫੈਮਿਲੀ ਜਿਹੜੀ ਮੈਂਬਰ ਇੰਡੀਆ ਚ ਰਹਿ ਰਹੀ ਫੈਮਿਲੀ ਉਹ ਅਡਾਪਟ ਕਰ ਸਕਦੀ ਹੈ ਯੂਐਸ ਬੌਰਨ ਬੱਚੇ ਯੂਐਸ ਬੌਰਨ ਬੱਚੇ ਨੂੰ ਦੇਖੋ ਜਿਹੜੀ ਇੰਡੀਆ ਦੀ ਫੈਮਿਲੀ ਆ ਉਹ ਅਡਾਪਟ ਕਰ ਸਕਦੀ ਪਰ ਬੱਚੇ ਨੂੰ ਇੰਡੀਆ ਜਾਣਾ ਪਊਗਾ ਅਡਾਪਟ ਹੋਣ ਲਈ ਇੱਥੋਂ ਇੱਥੇ ਆ ਕੇ ਨਹੀਂ ਉਹ ਕਰ ਸਕਦੇ ਠੀਕ ਆ ਉਹ ਫਿਰ ਬੱਚਾ ਇੰਡੀਆ ਜਾਵੇ ਉਥੇ ੜੇ ਉਹ ਅਸਲੀ ਮਾਪੇ ਬਾਪ ਹੈਗੇ ਉਹਨਾਂ ਨੂੰ ਦੇ ਦੇਣ ਉਥੇ ਅਡਾਪਸ਼ਨ ਦੇ ਪੇਪਰ ਬਣਨ ਉਥੇ ਕੋਰਟ ਚੋਂ ਅਡਾਪਸ਼ਨ ਦੀ ਡੀਡ ਬਣਦੀ ਆ ਤੇ ਫਿਰ ਉਹ ਕਰ ਸਕਦੀ ਆ ਓਕੇ ਅਗਲਾ ਸਵਾਲ ਹੈ ਜੀ ਨਵੇਂ ਡਿਪੋਰਟੇਸ਼ਨ ਸਿਸਟਮ ਬਾਰੇ ਜਾਣਕਾਰੀ ਚਾਹੀਦੀ ਹੈ ਦੇਖੋੜਾ ਨਵਾਂ ਡਿਪੋਰਟੇਸ਼ਨ ਸਿਸਟਮ ਆ ਉਹਦੇ ਚ ਕੋਈ ਕਾਨੂੰਨ ਦੇ ਵਿੱਚ ਤਾਂ ਚੇਂਜ ਹੈ ਨਹੀਂ ਕਾਨੂੰਨ ਤਾਂ ਉਹੀ ਆ ਜੀ ਤੇ ਮਤਲਬ ਡਿਪੋਰਟੇਸ਼ਨ ਲੱਗੀ ਹੈ ਔਰ ਰਿਪੋਰਟ ਹੋ ਸਕਦਾ ਜੀ ਲੇਕਿਨ ਇਹਨਾਂ ਨੇ ਕੁਝ ਗਾਈਡਲਾਈਨਸ ਜਾਰੀ ਕੀਤੀਆਂ ਨੇ ਆਈਸ ਨੂੰ ਜਿਹੜੀ ਕਿ ਬੜੇ ਚੰਗੀਆਂ ਗਾਈਡਲਾਈਨਸ ਨੇ ਵੀ ਕਰੈਂਟਸ ਲਈ ਉਹ ਚ ਬੇਸਿਕਲੀ ਇਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਨੈਸ਼ਨਲ ਸਕਿਉਰਿਟੀ ਨੂੰ ਥ੍ਰੈਟ ਨੇ ਜਾਂ ਜਿਹੜੇ ਬੰਦੇ ਜਿਹੜੇ ਨੇ ਉਹ ਪਬਲਿਕ ਸੇਫਟੀ ਨੂੰ ਥ੍ਰੈਟ ਨੇ ਜਾਂ ਜਿਹੜੇ ਬੰਦੇ ਨਵੰਬਰ 1 2020 ਤੋਂ ਬਾਅਦ ਆਏ ਆ ਉਹ ਬੰਦਿਆਂ ਨੂੰ ਰਿਪੋਰਟ ਕੀਤਾ ਜਾਵੇ ਉਹਦੇ ਵਿੱਚ ਜਿਹੜੇ ਬੰਦਿਆਂ ਨੇ ਮਤਲਬ ਕ੍ਰਾਈਮ ਕੀਤਾ ਕ੍ਰਿਮੀਨਲ ਨੇ ਜਿਨ੍ਹਾਂ ਦੇ ਫਾਈਲ ਨਹੀਂ ਚਾਰजेस ਨੇ ਜੇਲਾ ਕੱਟੀਆਂ ਨੇ ਜਾਂ ਚਾਈਲਡ ਅਬਿਊਜ਼ਰ ਨੇ ਜਾਂ ਜਿਹੜੇ ਦੇ ਕੋ ਟੈਰਰਿਜ਼ਮ ਰਿਲੇਟਡ ਕੇਸ ਨੇ ਜਾਂ ਫਿਰ ਜਿਹੜੇ ਹੁਣ 20 ਨਵੰਬਰ 2 1 ਨਵੰਬਰ 2020 ਤੋਂ ਬਾਅਦ ਆਇਆ ਉਹ ਬੰਦਿਆਂ ਨੂੰ ਹੀ ਜਿਹੜਾ ਉਹ ਟਾਰਗੇਟ ਕੀਤਾ ਜਾਊਗਾ ਡੈਪੂਟੇਸ਼ਨ ਲਈ ਜੀ ਜਿਹੜੇ ਅਜ ਨਹੀਂ ਆਉਂਦੇ ਮਤਲਬ ਉਹ ਬੰਦੇ ਜਿਵੇਂ ਕੋਈ ਬੰਦਾ ਇੱਥੇ ਫਰਜ ਕੋਲ ਰਹਿ ਰਿਹਾ ਬੜੀ ਦੇਰ ਦਾ ਉਹ ਤੇ ਡੈਪੂਟੇਸ਼ਨ ਲੱਗੀ ਆ ਜਾਂ ਉਧਰ ਹੀ ਰਹਿ ਰਿਹਾ ਉੱਥੇ ਕੋਈ ਡੈਪੂਟੇਸ਼ਨ ਨਹੀਂ ਤੇ ਉਹਨੇ ਕੋਈ ਕ੍ਰਾਈਮ ਨਹੀਂ ਕੀਤਾ ਕੋਈ ਉਹਨੇ ਲਾ ਇਦਾਂ ਦਾ ਵਾਇਲਟ ਨਹੀਂ ਕੀਤਾ ਸਵਾਏ ਇਮੀਗ੍ਰੇਸ਼ਨ ਤੇ ਲਾ ਦੋ ਦੇ ਕੋਈ ਕ੍ਰੇਮਲ ਕੇਸ ਨਹੀਂਗਾ ਉਹ ਬੰਦਾ ਚ ਰਿਪੋਰਟ ਨਹੀਂ ਹੋਊਗਾ ਜੀ 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 ਉਹ ਕਹਿੰਦੇ ਜੀ ਇੱਕ ਹੋਰ ਸਵਾਲ ਇਸੇ ਤਰੀਕੇ ਦਾ ਕਿ ਜਿਹੜੇ ਇਲੀਗਲ ਇਮੀਗ੍ਰੈਂਟ ਯੂ ਐਸ ਏ ਚ ਰਹਿ ਰਹੇ ਆ ਉਹ ਉਹਨਾਂ ਬਾਰੇ ਜਾਣਕਾਰੀ ਚਾਹੀਦੀ ਆ ਜਿਹੜੇ ਜਿਹੜੇ ਦੇਖੋ ਅਮਰੀਕਾ ਦੇ ਵਿੱਚ ਤਾਂ ਅਮਰੀਕਨ ਸਰਕਾਰ ਦਾ ਫਿਗਰ ਹੀ ਆ ਵੀ 11 ਮਿਲੀਅਨ ਤੋਂ ਉੱਤੇ ਬੰਦੇ ਇਥੇ ਅਨ ਡਾਕੂਮੈਂਟਡ ਰਹਿ ਰਹੇ ਆ ਜੀ ਉਹਨਾਂ ਬਾਰੇ ਤਾਂ ਹੁਣ ਜਿਹੜੀ ਮਤਲਬ ਜਾਣਕਾਰੀ ਆ ਉਹ ਤਾਂ ਅਮਰੀਕਨ ਸਰਕਾਰ ਨੂੰ ਨਹੀਂ ਹੈਗੀ ਸਾਰੀ ਵੀ ਕੌਣ ਕੌਣ ਰਹਿ ਰਿਹਾ ਜਦ ਤੱਕ ਅਪਲਾਈ ਨਹੀਂ ਕਰਨਗੇ ਆਪਾਂ ਕੀ ਦੇ ਸਕਦੇ ਆ ਹਾਂ ਹੋ ਸਕਦਾ ਇਹਨਾਂ ਦਾ ਸਵਾਲ ਇਸ ਤਰੀਕੇ ਨਾਲ ਹੋਵੇ ਕਿਉਂਕਿ ਪੁੱਛਣ ਦਾ ਤਰੀਕਾ ਕਿ ਹੋ ਸਕਦਾ ਗਲਤ ਹੋਵੇ ਉਹ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਪੁੱਛ ਰਿਹਾ ਵੀ ਇਲੈਗਲ ਹੈਗੇ ਆ ਤੇ ਕਿਸ ਤਰ੍ਹਾਂ ਰਹਿ ਜਾ ਸਕਦਾ ਉਹਦਾ ਦੇਖੋ ਉਹਦਾ ਦੇਖੋ ਉਹਦੇ ਬਾਰੇ ਆਪਾਂ ਗੱਲ ਕਰਕੇ ਹਟੇ ਆ ਹੁਣ ਵੀ ਜਿਹੜਾ ਹੁਣ ਮਤਲਬ ਸਿਟੀਜ਼ਨਸ਼ਿਪ ਐਕਟ ਆਫ 2021 ਆ ਜੀ ਉਹ ਐਕਟ ਜਿਹੜਾ ਉਹ ਇਹਨਾਂ ਬੰਦਿਆਂ ਨਾਲ ਡੀਲ ਕਰਦਾ ਇਹਨਾਂ ਨੂੰ ਉਹ ਜਿਹੜਾ ਐਲਪੀਆਈ ਸਟੇਟਸ ਦੇ ਰਹੇ ਆ ਉਹਦਾ ਮਤਲਬ ਇਹ ਆ ਕਿ ਜੇ ਕੋਈ ਬੰਦਾ 1 ਜਨਵਰੀ 2021 ਤੋਂ ਪਹਿਲਾਂ ਅਮਰੀਕਾ 'ਚ ਰਹਿ ਰਿਹਾ ਕੋਈ ਕ੍ਰਾਈਮ ਨਹੀਂ ਉਹਨੇ ਕੀਤਾ ਤੇ ਉਹ ਮਤਲਬ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਉਹਦੇ ਕੋਲੇ ਜਿਹੜੇ ਹੈ ਗ੍ਰੀਨ ਕਾਰਡ ਸਿਟੀਨਸ਼ਿਪ ਜਾਂ ਕੋਈ ਇੱਥੇ ਸਟੇਟਸ ਹੈ ਨਹੀਂ ਤਾਂ ਉਹ ਬੰਦਾ ਉਹਦੇ ਅੰਡਰ ਅਪਲਾਈ ਕਰ ਸਕਦਾ ਪਰ ਜੇ ਉਹ ਲਾਭ ਬਣਿਆ ਨਹੀਂ ਹਜੇ ਪੇਸ਼ ਹੋਇਆ ਤਾਂ ਜੇ ਉਹ ਲਾਭ ਬਣਦਾ ਤਾਂ ਇਹਨਾਂ ਨੂੰ ਉਹਦਾ ਫਾਇਦਾ ਹੋਏਗਾ ਹਾਂਜੀ ਅਗਲਾ ਸਵਾਲ ਹੈ ਜੀ ਸਾਡੇ ਸਾਡਾ ਕਹਿੰਦੇ ਸੇਲਮ ਕੇਸ ਪਾਸ ਹੋਇਆ ਆਪਣੇ ਪਤਨੀ ਤੇ ਬੱਚਿਆਂ ਨੂੰ ਕਿਵੇਂ ਸੱਦ ਸਕਦੇ ਆ ਜਿਹੜਾ ਸੈਲਮ ਕੇਸ ਪਾਸ ਹੋਇਆ ਉਸ ਤੋਂ ਬਾਅਦ ਉਹ ਸੈਲੀ ਰਿਲੇਟਿਵ ਪਟੀਸ਼ਨ ਕਰ ਸਕਦੇ ਆ ਆਪਣੇ ਬੱਚਿਆਂ ਲਈ ਤੇ ਵਾਈਫ ਲਈ ਉਹ 2 ਸਾਲ ਦੇ ਅੰਦਰ ਕਰਨੀ ਹੁੰਦੀ ਆ ਜੀ ਜੀ ਤੇ ਉਹਦੇ ਜੀ 21 ਸਾਲ ਤੋਂ ਘੱਟ ਬੱਚੇ ਜਿਹੜੇ ਆ ਜਾਂਦੇ ਆ ਪਾਸ ਹੋਣ ਤੋਂ ਬਾਅਦ ਪਾਸ ਹੋਣ ਤੋਂ ਬਾਅਦ ਪਹਿਲਾਂ ਨਹੀਂ ਜਦੋਂ ਕੇਸ ਪਾਸ ਹੋ ਗਿਆ ਉਸ ਤੋਂ ਬਾਅਦ ਉਹ ਸੈਲੀ ਰਿਲੇਟਿਵ ਪਟੀਸ਼ਨ ਕਰ ਸਕਦੇ ਆ ਉਹਦੇ ਚ ਉਹਨਾਂ ਦੀ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਜਿਹੜੇ ਆ ਸਕਦੇ ਜੀ ਜੀ ਉਹਨਾਂ ਨੇ ਇਹ ਵੀ ਪੁੱਛਿਆ ਕਿਵੇਂ ਕਰ ਸਕਦੇ ਆ ਉਹਦਾ ਫਾਰਮ ਭਰਨਾ ਪੈਂਦਾ ਉਹਦਾ ਆਪਕਾ ਫਾਰਮ ਹੁੰਦੇ ਨੇ ਮੇਰੇ ਨਾਲ ਕੰਟੈਕਟ ਕਰ ਲੈਣੇ ਦੱਸ ਦਿਆਂਗੇ ਹਾਂ ਉਹਦਾ ਮੈਨੂੰ ਕਾਲ ਕਰ ਲੈਣ ਮੇਰਾ ਨੰਬਰ ਆ 9179154142 ਇਹ ਓਵਰਏਜ ਬੱਚੇ ਐਫ 4 ਕੇਸ ਬਾਰੇ ਜਾਣਕਾਰੀ ਮੰਗ ਰਹੇ ਐਫ 4 ਕੈਟਾਗਰੀ ਭਰਾ ਭੈਣ ਦੀ ਕੈਟਾਗਰੀ ਆ ਜਦੋਂ ਸਿਟੀਜ਼ਨ ਆਪਣੇ ਭਰਾ ਭੈਣ ਦੀ ਕਰਦਾ ਉਸ ਕੈਟਾਗਰੀ ਦੇ ਵਿੱਚ ਮੈਂ ਹੁਣੇ ਹੀ ਆਪਾਂ ਪਹਿਲਾਂ ਦੱਸ ਕੇ ਹਟਿਆ ਵੀ ਉੱਥੇ ਮਾਰਚ 2005 ਚੱਲ ਰਿਹਾ ਜੀ ਇਹਨੂੰ ਟਾਈਮ ਲੱਗੂਗਾ ਤੇ ਇਹਦੇ ਵਿੱਚ ਇਹ ਆ ਵੀ 15 ਸਾਲ ਦੀ ਹੁਣ ਵੇਟ ਹੈਗੀ ਆ ਬਾਕੀ ਦੇਖੋ ਕਿੰਨੀ ਤੇਜ਼ ਕਰਦੇ ਸ਼ੁਰੂ ਹੋਏਗਾ ਇਹ ਬੈਨ ਲੱਗਿਆ ਹੋਇਆ ਬੈਨ ਅਜੇ ਪ੍ਰੈਜ਼ੀਡੈਂਟ 트੍ਰੰਪ ਨੇ ਹਟਾਇਆ ਨਹੀਂ ਜਿਹੜਾ ਬੈਨ ਜਾਂਦਾ 트੍ਰੰਪ ਲਾ ਗਿਆ ਸੀ 31 ਮਾਰਚ ਤੱਕ ਉਹ ਇਹਨਾਂ ਨੇ ਰਿਵੋਕ ਨਹੀਂ ਕੀਤਾ ਸਟਿਲ ਉਹ ਬੈਨ ਅਜੇ ਲੱਗਿਆ ਉਸ ਕੋ ਬੈਨ ਜਦੋਂ ਫਿਰ ਟੁੱਟੇਗਾ ਉਸ ਤੋਂ ਬਾਅਦ ਦੇਖਦੇ ਆਂ ਵੀ ਇੱਕ ਜਿਹੜੀ ਕੈਟਾਗਰੀ ਕਿੰਨੀ ਫਾਸਟ ਮੂਵ ਹੁੰਦੀ ਕੀ ਹੁੰਦਾ ਇਹਦੇ ਚ ਪਰ ਉਹਨਾਂ ਦਾ ਨੌਲੇਜ ਸਵਾਲ ਇਹਨਾ ਵੀ ਓਵਰਏਜ ਬੱਚੇ ਓਵਰਏਜ ਜਿਹੜੇ ਬੱਚੇ ਹੋ ਜਾਂਦੇ ਇਹਦੇ ਚ ਉਹ ਦੇਖੋ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਉਹਨੂੰ ਕਵਰ ਕਰਦਾ ਕੋਈ ਇੱਕ ਐਕਟ ਬਣਿਆ ਤੇ ਜੇ ਜੇ ਮਤਲਬ ਪਟੀਸ਼ਨ ਜਦੋਂ ਕੀਤੀ ਸੀ ਜਦੋਂ ਅਪਰੂਵ ਹੋਈ ਸੀ ਉਦੋਂ ਉਹਦੀ ਉਮਰ ਜੇ 21 ਸਾਲ ਤੋਂ ਘੱਟ ਸੀ ਬੱਚੇ ਦੀ ਪਰ ਕੇਸ ਪੈਂਡਿੰਗ 'ਚ ਉੱਪਰ ਹੋ ਗਿਆ ਤਾਂ ਉਹ ਕਵਰ ਹੁੰਦਾ ਉਹਦੇ ਅੰਡਰ ਉਹਦੀ ਕੈਲਕੂਲੇਸ਼ਨ 'ਚ ਦੇਖਣਾ ਪਊਗਾ ਵੀ ਉਹ ਕਵਰ ਹੁੰਦਾ ਜੇ ਹੁੰਦਾ ਤਾਂ ਫਿਰ ਉਹ ਉਹਦੀ ਬੇਸ 'ਇਆਖਦਾ ਉਹ ਜੇ ਸ਼ਰਤ 'ਤੇ ਕੋਈ ਆ ਵੀ ਬੱਚਾ ਅਨਮੈਰਿਡ ਹੋਵੇ ਤੇ ਮਤਲਬ 21 ਤੋਂ ਉੱਪਰ ਤਾਂ ਹੈ ਹੀ ਪਰ ਅਨਮੈਰਿਡ ਹੋਵੇ ਪਰ ਜੇ ਉਹ ਚਾਈਲਡ ਸਟੇਟਸ ਜਿਹੜਾ ਪ੍ਰੋਟੈਕਸ਼ਨ ਐਕਟ ਦੇ ਅੰਡਰ ਆਉਂਦਾ ਤਾਂ ਫਿਰ ਉਹ ਆ ਸਕਦਾ ਜੀ ਅਗਲਾ ਸਵਾਲ ਸਾਡੇ ਦਰਸ਼ਕ ਪੁੱਛ ਰਹੇ ਜੀ ਯੂ ਐਸ ਏ ਤੋਂ ਡਿਪੋਰਟ ਹੋਇਆ ਹੋਵੇ ਤਾਂ ਕੀ ਉਹ ਕਿਸੇ ਹੋਰ ਦੇਸ਼ ਜਿਵੇਂ ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ ਜਾ ਸਕਦਾ ਦੇਖੋ ਜਦੋਂ ਬੰਦਾ ਯੂਐਸ ਰਿਪੋਰਟ ਹੁੰਦਾ ਉਹਨੂੰ ਬਾਰਤ ਅਮਰੀਕਾ ਦੇ ਦਾ ਹੁੰਦਾ ਜੀ ਕਿ ਇਥੇ 10 ਸਾਲ ਨਹੀਂ ਆ ਸਕਦਾ ਜਾਂ 5 ਸਾਲ ਨਹੀਂ ਆ ਸਕਦਾ ਬਾਕੀ ਮੁਲਕਾਂ ਦੇ ਬਾਹਰ ਕੋਈ ਨਹੀਂ ਜੀ ਸੋ ਹੋਰਾਂ ਮੁਲਕਾਂ ਲਈ ਇਮੀਗ੍ਰੇਸ਼ਨ ਲਈ ਅਪਲਾਈ ਕਰ ਸਕਦਾ ਪਰ ਜੇ ਉਹ ਮੁਲਕ ਇਸ ਗੱਲ ਨੂੰ 네ਗੇਟਿਵ ਗਿਣਨ ਕਿ ਅਮਰੀਕਾ ਰਿਪੋਰਟ ਹੋ ਕੇ ਗਿਆ ਤਾਂ ਉਹ ਵੱਖਰੀ ਗੱਲ ਆ ਪਰ ਉਹਦਾ ਐਜ਼ ਇਟ ਬਾਰ ਨਹੀਂ ਹੈਗਾ ਵੀ ਜੇ ਅਮਰੀਕਾ ਚੋਂ ਕੋਈ ਬੰਦਾ ਰਿਪੋਰਟ ਹੋ ਕੇ ਗਿਆ ਤਾਂ ਬਾਕੀ ਮੁਲਕ ਵੀ 10 ਸਾਲ ਨਹੀਂ ਲੈਣਗੇ ਇਦਾਂ ਦੀ ਕੋਈ ਗੱਲ ਨਹੀਂ ਉਹਦਾ ਆਪਣਾ ਉਹਨਾਂ ਦਾ ਆਪਣਾ ਹਿਸਾਬ ਹੈ ਹਾਂਜੀ ਹਾਂਜੀ ਅਗਲਾ ਸਵਾਲ ਹੈਗਾ ਜੀ ਗ੍ਰੀਨ ਕਾਰਡ ਵਾਲੇ ਆਪਣੇ ਫੈਮਿਲੀ ਨੂੰ ਕਦੋਂ ਸੱਦ ਸਕਦੇ ਆ ਬੈਨ ਕਦੋਂ ਟੁੱਟੇਗਾ ਗ੍ਰੀਨ ਕਾਰਡ ਵਾਲੇ ਜਿਹੜੇ ਉਹਨਾਂ ਦੇ 21 ਸਾਲ ਤੋਂ ਘੱਟ ਬੱਚੇ ਆ ਵਾਈਫ ਆ ਉਹਨਾਂ ਦੀ ਕੈਟਾਗਰੀ ਹੋਰ ਆ ਜਿਹੜੇ 21 ਤੋਂ ਉਪਰ ਅਨ ਮੈਰਿਡ ਦੀ ਹੋਰ ਆ ਹਾਂ ਜੀ ਕੋਈ ਗ੍ਰੀਨ ਕਾਰਡ ਹੋਲਡਰ ਜਿਹੜਾ ਅਨ ਮੈਰਿਡ ਬੱਚੇ ਨੂੰ ਅਪਲਾਈ ਕਰ ਸਕਦਾ 21 ਤੋਂ ਉੱਪਰ ਉਹਨੂੰ ਤਾਂ ਤਕਰੀਬਨ 9 21 ਤੋਂ ਉੱਪਰ ਜਿਹੜੇ ਉਹਦੇ ਹਸਬੰਡ ਵਾਈਫ ਹੈਗੇ ਆ 21 ਸਾਲ ਤੋਂ ਘੱਟ ਆ ਉਹਨਾਂ ਨੂੰ ਹੁਣ 31 ਮਾਰਚ ਨੂੰ ਬੈਨ ਖੁੱਲ ਜਾਣਾ 1 ਅਪ੍ਰੈਲ ਤੋਂ ਤੇ ਹੋਪਫੁਲੀ ਬਾਈਡਨ ਜਿਹੜੇ ਹੈਗੇ ਪ੍ਰੈਜ਼ੀਡੈਂਟ ਬਾਈਡਨ ਨੂੰ ਐਕਸਟੈਂਡ ਨਹੀਂ ਕਰਨਗੇ ਲੱਗਦਾ ਤੇ ਉਸ ਤੋਂ ਬਾਅਦ ਫਿਰ ਇਹ ਜਿਹੜੇ ਕੈਟਗਰੀਆਂ ਮੂਵ ਹੋਣੇ ਸ਼ੁਰੂ ਹੋ ਜਾਣਗੀਆਂ ਤੇ ਉਹ ਆ ਸਕਣਗੇ ਤੇ ਜਿਹਨਾਂ ਨੇ ਅਪਲਾਈ ਕੀਤਾ ਹੋਇਆ ਤੇ ਇਸ ਐਡਮਿਨਿਸਟ੍ਰੇਸ਼ਨ ਦੀ ਕੋਸ਼ਿਸ਼ ਹੈਗੀ ਆ ਵੀ ਜਿਹੜਾ ਗ੍ਰੀਨ ਕਾਰਡ ਹੋਲਡਰ ਦੇ ਮਤਲਬ ਬੱਚੇ ਨੇ ਹਸਬੰਡ ਵਾਈਫ ਨੇ ਉਹਨੂੰ ਕਰੰਟ ਕੀਤਾ ਜਾਵੇ ਕਿ ਜੇ ਮੈਂ ਸਿਟੀਜ਼ਨ ਦੇ ਬੱਚਿਆਂ ਦੀ ਕੋਈ ਵੇਟਿੰਗ ਨਹੀਂ ਹੈ ਤਾਂ ਗ੍ਰੀਨ ਕਾਰਡ ਦੀ ਵੇਟਿੰਗ ਨਹੀਂ ਚਾਹੀਦੀ ਓਕੇ ਜੇ ਕਰਨ ਚ ਕਾਮਯਾਬ ਹੋ ਜਾਂਦੀ ਹੈ ਐਡਮਿਨਿਸਟ੍ਰੇਸ਼ਨ ਤਾਂ ਫਿਰ ਤਾਂ ਉਹ ਮਤਲਬ ਛੇਤੀ ਆ ਸਕਦੇ ਹਾਂ ਜੀ ਯੂ ਵੀਜ਼ਾ ਕਿੰਨਾ ਟਾਈਮ ਲੱਗਦਾ ਹੈ ਯੂ ਵੀਜ਼ਾ ਨੂੰ ਕਾਫੀ ਟਾਈਮ ਲੱਗਦਾ ਹੈ ਮਤਲਬ ਪਹਿਲਾਂ ਅਪਲਾਈ ਕੀਤਾ ਜਾਂਦਾ ਹੈ ਦਾ ਅਪਰੂਵਲ ਹੁੰਦੀ ਹੈ ਫਿਰ ਉਸ ਤੋਂ ਬਾਅਦ ਤੇ ਗ੍ਰੀਨ ਕਾਰਡ ਅਪਲਾਈ ਹੁੰਦਾ ਸੋ ਟਾਈਮ ਤਾਂ ਕਾਫੀ ਆ ਸੋ ਇਹ ਚ ਮਤਲਬ ਸਾਲਾਂ ਬੱਧੀ ਟਾਈਮ ਲੱਗਦਾ ਸੋ ਦੋ ਸਟੇਜਸ ਨੇ ਇਹਦੀਆਂ ਸੋ ਇਹ ਇਹ ਚ ਕਾਫੀ ਡਿਲੇ ਦੇ ਵੀਜ਼ਾ ਨੰਬਰ ਹੁੰਦੇ ਨੇ ਵੀਜ਼ਾ ਨੰਬਰ ਕਾਫੀ ਘੱਟ ਨੇ ਜਿਹੜ ਜਿਹੜਾ ਰੱਖਿਆ ਪਾਸ ਹੋਣ ਲਈ ਮਤਲਬ ਇਹ ਜਿਹੜਾ ਐਕਟ ਆ ਇਹਦੇ ਵਿੱਚ ਵੀ ਯੂ ਵੀਜ਼ੇ ਦੇ ਨੰਬਰ ਵਧਾਈ ਗਏ ਆ ਜੀ ਹਾਂਜੀ ਸੋ ਕਈ ਸਾਲ ਲੱਗਣਗੇ ਜੀ ਜੀ ਅ ਅਗਲਾ ਸਵਾਲ ਪੁੱਛਿਆ ਸਾਡੇ ਦਰਸ਼ਕ ਕੇ ਜੇ ਅਸੈਲਮ ਕੇਸ ਲੱਗਾ ਹੋਵੇ ਤਾਂ ਕੀ ਟੈਕਸ ਭਰਨਾ ਚਾਹੀਦਾ ਤੇ ਕਿੰਨਾ ਕ ਭਰਨਾ ਚਾਹੀਦਾ ਵੀ ਉਹ ਕਾਊਂਟ ਹੁੰਦਾ ਵਿੱਚ ਟੈਕਸ ਤਾਂ ਹਰੇਕ ਨੂੰ ਹੀ ਭਰਨਾ ਚਾਹੀਦਾ ਅਮਰੀਕਾ ਦੇ ਵਿੱਚ ਜਿਹੜਾ ਰਹਿ ਰਿਹਾ ਹੈ ਕਿੰਨਾ ਕ ਭਰਨਾ ਚਾਹੀਦਾ ਕਿ ਤੇ ਕਾਊਂਟ ਹੁੰਦਾ ਜਿੰਨਾ ਉਹ ਕੰਮ ਕਰਦੇ ਆ ਮਤਲਬ ਗਲਤ ਆ ਇਹ ਆ ਵੀ ਜਿਹੜਾ ਬੰਦੇ ਕੋਲ ਵਰਕ ਪਰਮਿਟ ਆ ਇੱਥੇ ਤੇ ਸੋਸ਼ਲ ਸਿਕਿਉਰਿਟੀ ਨੰਬਰ ਆ ਉਹ ਟੈਕਸ ਭਰ ਸਕਦਾ ਸੋ ਉਹ ਉਹ ਹਿਸਾਬ ਨਾਲ ਇਹਦੇ 'ਚ ਕੋਈ ਇਹ ਲਿਮਟ ਨਹੀਂ ਮਿਨਿਮਮ ਵੀ ਇੰਨਾ ਹੀ ਭਰੋ ਜਿਵੇਂ ਇਹਦਾ ਮਤਲਬ ਇਹ ਆ ਵੀ ਇਹ ਮੇਨ ਸਵਾਲ ਇਹ ਆ ਵੀ ਕੀ ਉਹ ਕੇਸ ਦੇ ਵਿੱਚ ਕਾਊਂਟ ਹੁੰਦਾ ਨਹੀਂ ਨਹੀਂ ਉਹ ਮੈਂ ਦੱਸਦਾ ਵੀ ਇਹਦੇ 'ਚ ਕੋਈ ਪਹਿਲੀ ਗੱਲ ਤਾਂ ਜਿਵੇਂ ਹੁਣ ਫੈਮਿਲੀ ਜੇ ਹੁਣ ਕਿਸੇ ਬੰਦੇ ਨੇ ਕਿਸੇ ਦਾ ਅਪਲਾਈ ਕੀਤਾ ਤੇ ਆਪਣੇ ਹਸਬੰਡ ਵਾਈਫ ਦਾ ਕੀਤਾ ਜਾਂ ਭਰਾ ਭੈਣ ਦਾ ਕੀਤਾ ਉਹਦੇ ਵਿੱਚ ਇੱਕ ਮਿਨਿਮਮ ਰਿਕੁਆਇਰਮੈਂਟ ਹੁੰਦੀ ਆ ਵੀ ਉਹ ਬੰਦਾ ਉਹਦੇ ਜਿੰਨੇ ਬੰਦਿਆਂ ਨੇ ਆਉਣਾ ਉਸ ਹਿਸਾਬ ਨਾਲ ਟੈਕਸ ਹੋਵੇ ਉਹਦਾ ਜੇ ਹੁਣ ਇੱਕ ਬੰਦੇ ਨੇ ਉਹਨਾਂ ਦਾ 18000 ਤੋਂ ਉੱਪਰ ਚਾਹੀਦੀ ਆ ਉਹਦੀ ਇਨਕਮ ਜੇ ਹੁਣ ਜ਼ਿਆਦਾ ਨੇ ਉਹਨਾਂ ਤਾਂ ਫਿਰ ਉਸ ਹਿਸਾਬ ਨਾਲ ਵੱਧ 30 4000 50000 ਤੱਕ ਵੀ ਚਾਹੀਦੀ ਆ ਲੇਕਿਨ ਜਿਹੜੀ ਇਹ ਕੈਟਾਗਰੀ ਆ ਇਹਦੇ ਅੰਡਰ ਇਹ ਆ ਵੀ ਸੈਲਮ ਦੇ ਵਿੱਚ ਇਹ ਨਹੀਂ ਲਿਮਿਟ ਹੁੰਦੀ ਵੀ ਇੰਨਾ ਟੈਕਸ ਜ਼ਰੂਰੀ ਆ ਭਰਨਾ ਜਾਂ ਇੰਨਾ ਇਨਕਮ ਸ਼ੋ ਕਰਨੀ ਪਰ ਸਾਡੀ ਇਹ ਹੈਗੀ ਆ ਜਿਹੜੀ ਐਡਵਾਈਸ ਕਿ ਤੁਸੀਂ ਜਦੋਂ ਵੀ ਇੱਥੇ ਕੰਮ ਕਰਦੇ ਹੋ ਤੁਸੀਂ ਟੈਕਸ ਜ਼ਰੂਰ ਭਰੋ ਚਾਹੇ W2 ਤੁਹਾਨੂੰ ਮਿਲਦਾ ਚਾ 1099 ਮਿਲਦਾ ਕੋਈ ਇਹ ਲਿਮਿਟ ਨਹੀਂ ਹੈ ਵੀ ਇੰਨਾ ਹੀ ਜ਼ਰੂਰੀ ਭਰਨਾ ਪਰ ਜਿੰਨਾ ਤੁਹਾਡਾ ਟੈਕਸ ਬਣਦਾ ਜਿੰਨਾ ਕੰਮ ਕਰਿਆ ਉਸ ਹਿਸਾਬ ਨਾਲ ਤੁਹਾਨੂੰ ਭਰਨਾ ਚਾਹੀਦਾ ਜੀ ਜੀ ਬਿਲਕੁਲ ਅਗਲਾ ਸਵਾਲ ਹੈ ਜੀ ਮੈਂ ਯੂ ਐਸ ਦਾ ਸਿਟੀਜ਼ਨ ਹਾਂ ਆਪਣੀ ਮਾਂ ਦਾ ਗ੍ਰੀਨ ਕਾਰਡ ਅਪਲਾਈ ਕਰਨਾ ਚਾਹੁੰਦਾ ਉਹ ਵਿਜ਼ਿਟ ਤੇ ਹਨ ਕਿਹੜਾ ਫਾਰਮ ਭਰিয়ে ਤੇ ਕੀ ਫਾਰਮੈਲਿਟੀ ਹੈ ਦੇਖੋ ਇਹਨਾਂ ਨੂੰ ਪਹਿਲੀ ਸਲਾਹ ਤਾਂ ਇਹ ਹੈਗੀ ਆ ਵੀ ਆਪ ਫਾਰਮ ਭਰਨ ਨਾਲੋਂ ਕਿਸੇ ਵਕੀਲ ਨਾਲ ਸਲਾਹ ਕਰਨ ਸਾਡੇ ਨਾਲ ਕਰਨ ਤੇ ਮੇਰਾ ਨੰਬਰ ਹੈਗਾ 9179154142 ਮੇਰੀ ਈਮੇਲ ਹੈਗੀ jpsinghtonny@gmail.com ਇਹ ਤੇ ਮੇਰ ਨਾਲ ਕੰਟੈਕਟ ਕਰਨ ਤੇ ਕਿਉਂਕਿ ਇਹ ਕੰਪਲਿਕੇਟਿਡ ਪ੍ਰੋਸੀਜਰ ਆ ਇਹਦੇ ਵਿੱਚ ਇੱਕ ਫਾਰਮ ਨਾਲ ਕੁਝ ਨਹੀਂ ਭਰਨਾ ਇਹਦੇ ਵਿੱਚ I-130 ਕਰਨਾ ਪੈਣਾ 485 ਜਿਹੜਾ ਉਹ ਵੀ ਕਰਨਾ ਪੈਣਾ ਉਹਦੇ ਨਾਲ ਨਾਲ ਐਫਡਾ ਜਿਹੜਾ ਸਪੋਰਟ ਲੱਗਣਾ ਤੇ ਉਹ ਉਹ ਸਾਰਾ ਕੁਝ ਜਿਹੜਾ ਪ੍ਰੋਪਰ ਜਾਊਗਾ ਤੇ ਲੇਕਿਨ ਇਹ ਗੱਲ ਹੈਗੀ ਆ ਵੀ ਜੇ ਸਿਟੀਜ਼ਨ ਨੇ ਤੇ ਮਦਰ ਦੀ ਐਂਟਰੀ ਲੀਗਲ ਹੈ ਤਾਂ ਇੱਥੇ ਗ੍ਰੀਨ ਕਾਰਡ ਮਿਲ ਜੂਗਾ ਵਾਪਸ ਨਹੀਂ ਜਾਣਾ ਪੈਂਦਾ ਲੇਕਿਨ ਹਾਂ ਲੇਕਿਨ ਇਹ ਆ ਵੀ ਇਹ ਕਿਸੇ ਜਿਹੜਾ ਇਮੀਗ੍ਰੇਸ਼ਨ ਦਾ ਵਕੀਲ ਆ ਉਸ ਤੋਂ ਪੜਾਉਣਾ ਜੀ ਜੀ 2116 ਦੇ ਪੈਂਡਿੰਗ ਕੇਸ ਬਾਰੇ ਕੀ ਪਾਲਿਸੀ ਆ ਜੀ ਇਹ ਹੁਣ ਦੇਖਣਾ ਪਊਗਾ ਵੀ ਕਿਹੜੀ ਕੈਟਾਗਰੀ ਦੇ ਵਿੱਚ ਪੈਂਡੇਗਾ ਇਹ ਹਾਂਜੀ ਸੋ ਇਸ ਕਰਕੇ ਜੇ ਤਾਂ ਇਹ F4 ਕੈਟਾਗਰੀ ਦੀ ਗੱਲ ਕਰ ਰਹੇ ਆ ਜਿਹੜੀ ਕਿ ਭਰਾ ਪੈਂਡ ਦੀ ਆ ਉਹ ਤਾਂ ਇਹ 2005 ਚੱਲਦਾ ਜੀ ਤੇ ਬਾਕੀ ਜੇ ਅਸੈਲਮ ਦੀ ਗੱਲ ਕਰ ਰਹੇ ਆ ਹੋ ਸਕਦਾ ਇਹਨਾਂ ਅਸੈਲਮ ਦਾ ਕੇਸ ਹੋਵੇ ਜਿਵੇਂ ਉਹ 트럼ਪ ਨੇ ਪਹਿਲਾਂ ਕੀਤਾ ਸੀ 2018 ਤੋਂ ਜਿਹੜੇ ਬਾਅਦ ਦੇ ਕੇਸਾਂ ਦੇ ਡਾਟਾ ਪਹਿਲਾਂ ਦੇਤੀਆਂ ਸੀ ਜਿਹੜੇ ਫਰਵਰੀ 18 ਤੋਂ ਪਹਿਲਾਂ ਦੇ ਕੇਸ ਆ ਉਹਨਾਂ ਨੂੰ ਕਿਹਾ ਸੀ ਹੋਲਡ ਕਰ ਲਓ ਜੇ ਇਹਨਾਂ ਨੇ ਸੈਲਮ ਲਾਇਆ 16 'ਚ ਤਾ ਅਜੇ ਪਾਲਿਸੀ ਨਹੀਂ ਆਈ ਕੋਈ ਪਾਲਿਸੀ ਜਿਹੜੀ ਹੈਗੀ ਆ ਉਹ ਆ ਰਹੀ ਆ ਹੁਣ ਜੇ ਨਵੇਂ ਜਿਹੜੇ ਹੋਮ ਲੈਂਡ ਸਕਿਉਰਿਟੀ ਸੈਕਟਰੀ ਨੇ ਉਹ ਬਿੱਲ ਤਾਂ ਲੱਗ ਆ ਓਕੇ ਜਿਹੜੇ ਹੋਮ ਲੈਂਡ ਸਕਿਉਰਿਟੀ ਦੇ ਸੈਕਟਰੀ ਨੇ ਉਹ ਜਿਹੜੇ ਟਰੰਪ ਪੇਰਾ ਦੇ ਜਿੰਨੀਆਂ ਪਾਲਿਸੀ ਨੇ ਰਿਵਿਊ ਕਰ ਰਹੇ ਨੇ ਉਹ ਇੱਕ ਨਵਾਂ 120 ਦਿਨ ਦੇ ਵਿੱਚ ਵਿੱਚ ਆਪਣੀ ਜਿਹੜੀ ਹੈਗੀ ਪਾਲਿਸੀ ਲਾ ਕੇ ਆਉਣਗੇ ਤਾਂ ਇਹ ਸੰਭਾਵਨਾ ਹੈਗੀ ਆ ਵੀ ਜਿਹੜੇ ਸੈਲਮ ਦੇ ਕੇਸਾਂ ਦੀ ਇੰਟਰਵਿਊ ਨਹੀਂ ਹੋਈ ਜਿਹੜੇ 18 ਤੋਂ ਪਹਿਲਾਂ ਦੇ ਫਾਈਲ ਹੋਇਆ 16 ਦੇ 15 ਦੇ 17 ਦੇ ਉਹਨਾਂ ਦੀ ਇੰਟਰਵਿਊ ਆਉਣਗੇ ਅਗਲਾ ਸਵਾਲ ਪੁੱਛ ਰਹੇ ਜੀ ਟਰੈਵਲ ਬੈਨਡ ਕਦੋਂ ਖਤ ਇਹ ਦਾ ਜੀ 31 ਮਾਰਚ ਨੂੰ ਮਤਲਬ ਖਤਮ ਹੋ ਰਿਹਾ ਤੇ ਉਨ ਤੱਕ ਲਾਇਆ ਹੋਇਆ 트াম্প ਨੇ ਤੇ ਅਜੇ ਪ੍ਰੈਜ਼ੀਡੈਂਟ ਬਾਈਡਨ ਨੇ ਕੋਈ ਐਗਜ਼ੈਕਟਿਵ ਆਰਡਰ ਇਹਨੂੰ ਚੇਂਜ ਕਰਨ ਲਈ ਨਹੀਂ ਕੀਤਾ ਜੀ ਸੋ ਅਜੇ ਤਾਂ ਇਹੀ ਹੈ ਇਨਫੋਰਮੇਸ਼ਨ ਵੀ ਜੇ ਨਾ ਅੱਗੇ ਵਧਿਆ ਇਹ ਤਾਂ 31 ਮਾਰਚ ਨੂੰ ਖਤਮ ਹੋਏਗਾ ਅਗਲੇ ਸਾਡੇ ਦਰਸ਼ਕ ਲਿਖ ਰਹੇ ਆ ਜੀ ਮੈਂ ਪਿਛਲੇ ਲੰਬੇ ਸਮੇਂ ਤੋਂ ਤੁਹਾਡਾ ਹਰ ਇਮੀਗ੍ਰੇਸ਼ਨ ਸੰਬੰਧੀ ਪ੍ਰੋਗਰਾਮ ਦੇਖ ਰਿਹਾ ਸਾਨੂੰ ਬਹੁਤ ਬਹੁਤ ਮਦਦ ਮਿਲਦੀ ਆ ਮੈਂ 2014 ਚ ਜੀ 5 ਵੀਜ਼ਾ ਲੈ ਕੇ ਆਇਆ ਸੀ 2015 ਚ ਮੈਂ ਅਸੈलम ਅਪਲਾਈ ਕੀਤਾ ਪਰ ਹਾਲੇ ਤੱਕ ਤਰੀਕ ਨਹੀਂ ਆਈ ਕੀ ਮੈਂ ਨਿਊਯਾਰਕ ਦਾ ਐਡਰੈਸ ਦੇ ਕੇ ਉੱਥੇ ਟਰਾਂਸਫਰ ਕੇਸ ਟਰਾਂਸਫਰ ਕਰ ਸਕਦਾ ਉਹਨਾਂ ਨੇ ਆਪਣਾ ਫੋਨ ਨੰਬਰ ਵੀ ਦਿੱਤਾ ਤੇ ਉਹ ਚਾਹੁੰਦੇ ਆ ਕਿ ਤੁਹਾਡੇ ਨਾਲ ਮਤਲਬ ਰੌਫਤਾ ਵੀ ਕੰਮ ਕਰ ਹਾਂਜੀ ਇਹਨਾਂ ਨਾਲ ਮੈਂ ਕੰਟੈਕਟ ਕਰ ਲੂੰਗਾ ਤੇ ਇਹਨਾਂ ਨੂੰ ਫੋਨ ਕਰਕੇ ਅਸੀਂ ਇਹਨਾਂ ਨੂੰ ਸਾਰੀ ਜਾਣਕਾਰੀ ਦੇ ਦੇਵਾਂਗੇ ਦੇਖੋ ਜੇ ਤੁਸੀਂ ਪਹਿਲਾਂ ਦਾ ਅਪਲਾਈ ਕੀਤਾ ਮੈਂ ਹੁਣੇ ਗੱਲ ਕਰਕੇ ਹਟਿਆ ਮੈਂ ਹੁਣੇ ਹੀ ਗੱਲ ਕਰਕੇ ਹਟਿਆ ਵੀ ਜਿਹੜੇ 2018 ਤੋਂ ਬਾਅਦ ਦੇ ਕੇਸ ਨੇ ਉਹਨਾਂ ਦੇ ਡਾਟਾ ਆ ਰਹੀਆਂ ਸੀ 18 ਤੋਂ ਪਹਿਲਾਂ ਵਾਲਿਆਂ ਦੇ ਨਹੀਂ ਸੀ ਆ ਰਹੀਆਂ ਪਰ ਇਹ ਐਡਮਿਨਿਸਟ੍ਰੇਸ਼ਨ ਉਹਨੂੰ ਚੇਂਜ ਕਰੇਗੀ ਥੋੜਾ ਟਾਈਮ ਲੱਗੇਗਾ 2-3 ਮਹੀਨੇ ਡਾਟਾ ਆਉਣ ਗਿਆ ਬਾਕੀ ਇਹਨਾਂ ਨੇ ਜੇ ਕੇਸ ਕਿਤੇ ਮੂਵ ਕਰਾਉਣਾ ਹੈ ਉੱਥੇ ਹੀ ਕਰਾ ਸਕਦੇ ਨੇ ਜਿੱਥੇ ਆਪ ਰਹਿੰਦੇ ਨੇ ਜੀ ਜੇ ਹੁਣੇ ਨਿਊਯਾਰਕ ਰਹਿੰਦੇ ਨੇ ਉੱਥੇ ਮੂਵ ਹੋਣਗੇ ਤਾਂ ਮੂਵ ਕਰਾ ਸਕਦੇ ਆ ਇਹ ਨਹੀਂ ਆ ਕਿ ਰਹਣ ਵਰਜੀਨੀਆ ਨਾ 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 ਜੇ ਤਾਂ ਇਹ ਰਹਿੰਦੇ ਨੇ ਵਰਜੀਨੀਆ ਤਾਂ ਵਰਜੀਨੀਆ ਕੇਸ ਰੱਖਣਾ ਪਏਗਾ ਨੂੰ ਲੇਕਿਨ ਜੇ ਇਹ ਨਿਊਯਾਰਕ ਫਰਜ਼ ਕਰੋ ਉੱਥੇ ਮੂਵ ਹੁੰਦੇ ਨੇ ਆਪ ਰਹਿੰਦੇ ਨੇ ਨਿਊਯਾਰਕ ਫਿਰ ਉੱਥੇ ਕੇਸ ਲਿਜਾ ਸਕਦੇ ਆ ਜੀ 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 ਅਗਲਾ ਸਵਾਲ ਹੈ ਜੀ F2 ਪ੍ਰੋਸੈਸ ਬਾਰੇ ਜਾਣਕਾਰੀ ਦਿਓ ਦੇਖੋ ਜੀ ਜਿਹੜੀਆਂ ਇਹ ਕੈਟੇਗਰੀਆਂ ਹੈਗੀਆਂ ਇਹਨਾਂ ਬਾਰੇ ਮੈਂ ਹੁਣੇ ਹੀ ਗੱਲ ਕਰਕੇ ਹਟਿਆ ਕਿ ਇਹਦੇ ਚ ਇਸ ਟਾਈਮ ਤੇ ਜਿਹੜਾ ਇੰਡੀਆ ਹੈਗਾ ਉਹ 15 ਜੁਲਾਈ 2015 ਚੱਲ ਰਿਹਾ ਹੂੰ ਹੂੰ ਸੋ ਇਹ ਤੇ ਬੈਨ ਲੱਗਿਆ ਹੋਇਆ ਇਸ ਕੈਟੇਗਰੀ ਤੇ ਸੋ ਇਹਦੇ ਚ ਬੇਸਿਕਲੀ ਕਿਉਂਕਿ 15 ਜੁਲਾਈ 2015 ਚੱਲ ਰਿਹਾ ਤੇ ਇਹਦੇ ਚ ਟਾਈਮ ਲੱਗੇਗਾ ਹੁਣ ਤਾਂ ਬੈਨ ਖੁੱਲਦਾ فرض ਕਰੋ ਤੇ ਇਹ ਬੈਨ ਆਪਣਾ ਹੁੰਦੇ 31 ਮਾਰਚ ਨੂੰ ਖੁੱਲਦਾ ਅਪ੍ਰੈਲ ਤੋਂ ਸ਼ੁਰੂ ਹੁੰਦਾ ਅਪ੍ਰੈਲ ਤੋਂ ਬਾਅਦ ਦੱਸਾਂਗੇ ਵੀ ਕਿੰਨਾ ਟਾਈਮ ਕਿੰਨੀ ਫਾਸਟ ਮੂਵ ਹੁੰਦੀ ਹੈ ਜੀ ਜੀ ਇਹ ਲਿਖ ਰਿਹਾ ਜੀ ਅਗਲਾ ਦਰਸ਼ਕ ਸਾਡੇ ਸਾਡਾ ਸੈਲਮ ਕੇਸ ਹੈ ਅਪਲਾਈ ਕਰਨ ਲੱਗਿਆਂ ਬੱਚਾ 21 ਸਾਲ ਤੋਂ ਉੱਪਰ ਹੋਰ ਹੋ ਜਾਣਾ ਤੇ ਕੀ ਕੀਤਾ ਜਾ ਸਕਦਾ ਦੇਖੋ ਜਦੋਂ ਤੁਸੀਂ ਕੇਸ ਅਪਲਾਈ ਕੀਤਾ ਸੈਲਮ ਦਾ ਜੇ ਉਸ ਟਾਈਮ ਬੱਚੇ ਦੀ ਉਮਰ 21 ਤੋਂ ਘੱਟ ਆ ਤੇ ਚੱਲਦੇ ਕੇਸ 21 ਤੋਂ ਉੱਪਰ ਹੋ ਗਿਆ ਤਾਂ ਉਹ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਅੰਡਰ ਕਵਰ ਹੋਏਗਾ ਤਾਂ ਉਹਨੂੰ ਨਾਲ ਹੀ ਤੁਹਾਡੇ ਸੈਲਮ ਮਿਲੇਗਾ ਜੀ ਪਰ ਜੇ ਉਹ ਜਦੋਂ ਤੁਸੀਂ ਅਪਲਾਈ ਕੀਤਾ ਉਦੋਂ ਹੀ 21 ਤੋਂ ਵੱਧ ਆ ਤਾਂ ਫਿਰ ਉਹ ਇਹਦੇ ਇਨਕਲੂਡ ਨਹੀਂ ਹੋਏਗਾ ਤੇ ਜੇ ਉਹ ਅਮਰੀਕਾ ਦੇ ਵਿੱਚ ਹੈਗਾ ਉਹਨੂੰ ਵੱਖਰਾ ਕੇਸ ਕਰਨਾ ਪੈਣਾ ਪਰ ਜੇ 21 ਤੋਂ ਘੱਟ ਆ ਇਨਕਲੂਡ ਹੋ ਜਾਏਗਾ ਜੀ 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 ਅਗਲਾ ਸਵਾਲ ਹੈ ਜੀ ਕੀ ਗ੍ਰੀਨ ਕਾਰਡ ਹੋਲਡਰ ਸਪਾਊਸ ਦਾ ਜਿਹੜਾ ਉਹ ਆਪਣੀ ਸਪਾਊਸ ਨੂੰ ਅਪਲਾਈ ਕਰ ਸਕਦਾ ਅ ਰੰਧਾਵਾ ਸਾਹਿਬ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਆਪਣੇ ਹਸਬੰਡ ਵਾਈਫ ਨੂੰ ਕਰ ਸਕਦਾ ਅਪਲਾਈ ਉਸ ਕੈਟਾਗਰੀ ਤੇ ਜੇ ਬੈਨ ਲੱਗਿਆ 31 ਮਾਰਚ ਤੱਕ ਪਰ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਆਪਣੇ ਸਪਾਊਸ ਹਸਬੰਡ ਵਾਈਫ ਨੂੰ 21 ਸਾਲ ਤੋਂ ਘੱਟ ਬੱਚਿਆਂ ਨੂੰ ਕਰ ਸਕਦਾ ਜੀ ਸੋ ਉਹ ਕਰ ਸਕਦਾ ਕੋਈ ਪ੍ਰੋਬਲਮ ਨਹੀਂ ਅਗਲਾ ਸਵਾਲ ਹੈ ਜੀ ਜੇ ਯੂ ਐਸ ਏ ਇਲੀਗਲ ਐਂਟਰ ਹੋਣ ਵੇਲੇ ਯੂ ਐਸ ਏ ਕੈਂਪ ਵਿੱਚ ਭੇਜ ਦਿੱਤਾ ਜਾਂਦਾ ਤਾਂ ਕੀ ਯੂ ਐਸ ਏ ਵਿੱਚ ਰਹਿ ਰਹੇ ਉਸ ਦੇ ਰਿਸ਼ਤੇਦਾਰ ਉਹਨੂੰ ਛਡਵਾ ਸਕਦੇ ਜੇ ਕੈਂਪ ਵਿੱਚ ਭੇਜ ਭੇਜ ਦਿੰਦੇ ਆ ਤਾਂ ਉਹ ਫਿਰ ਡਿਪੈਂਡ ਕਰਦਾ ਵੀ ਉਹਦਾ ਉਹ ਪਹਿਲਾਂ ਤਾਂ ਉਹਦੀ ਜਿਹੜੀ ਹੀアリング ਹੋਊਗੀ ਜੀ ਉਹਨੂੰ ਕਹਿੰਦੇ ਕ੍ਰੈਡਿਬਲ ਫੇਅਰ ਹੀアリング ਜੇ ਉਹ ਚ ਪਾਸ ਹੋ ਜਾਂਦਾ ਤੇ ਤਾਂ ਫੇਰ ਉਹ ਬੌਂਡ ਵਾਸਤੇ ਅਵੇਲੇਬਲ ਹੋ ਜਾਂਦਾ ਫੇਰ ਇਮੀਗ੍ਰੇਸ਼ਨ ਜਿਹੜੀ ਆ ਉਹੀ ਇਮੀਗ੍ਰੇਸ਼ਨ ਜੱਜ ਕੋਲ ਭੇਜ ਸਕਦੀ ਆ ਉਹਨੂੰ ਤੇ ਅੱਗੇ ਜੱਜ ਬੌਂਡ ਰੱਖ ਸਕਦਾ ਇਮੀਗ੍ਰੇਸ਼ਨ ਵਾਲੇ ਆਪ ਵੀ ਛੱਡ ਸਕਦੇ ਆ ਬੌਂਡ ਰੱਖ ਕੇ ਖੁਦ ਆਈਸ ਵਾਲੇ ਛੱਡ ਸਕਦੇ ਆ ਜੀ ਪਿਛੇ ਛੱਡੇ ਵੀ ਆ ਆ ਪਿਛਲੇ 2 ਹਫ਼ਤੇ ਦੇ ਵਿੱਚ ਸਾਡੇ 2 ਮਤਲਬ ਫੈਮਲੀਆ ਜਿਹੜੀਆਂ ਨੇ ਉਹ ਮਤਲਬ ਛੱਡੀਆਂ ਨੇ ਉਹਨਾਂ ਨੇ ਜਿਨ੍ਹਾਂ ਨੂੰ ਕਿ ਅਸੀਂ ਰੋਣ ਦੀ ਪੈਰ ਵੀ ਕੀਤੀ ਸੀ ਬਿਨਾ ਬੌਂਡ ਤੋਂ ਛੱਡੀਆਂ ਸਿਰਫ ਰਿਸ਼ਤੇਦਾਰ ਨੇ ਇਥੇ ਇਹਨੇ ਆਪਣ ਟੈਕਸ ਦੇ ਪੇਪਰ ਦਿੱਤੇ ਆ ਨਾ ਸਪਾਂਸਰਸ਼ਿਪ ਦਿੱਤੀ ਆ ਜੀ ਸੋ ਇਹ ਆਈ ਸਾਹਿਬ ਵੀ ਛੱਡ ਸਕਦੀ ਆ ਜਿਹੜੇ ਹੁਣ 21 18 ਸਾਲ ਤੋਂ ਘੱਟ ਆਉਂਦੇ ਉਮਰ ਦੇ ਉਹਨਾਂ ਲਈ ਪ੍ਰੋਸੀਜਰ ਹੋਰ ਆ ਜਿਹੜੇ 18 ਤੋਂ ਉੱਪਰ ਆ ਉਹਨਾਂ ਲਈ ਹੋਰ ਆ ਜੀ ਸੋ ਇਸ ਕਰਕੇ ਜੇ ਉਹਨਾਂ ਨੂੰ ਆਈਸ ਜਿਹੜੀ ਆ ਉਹ ਮਤਲਬ ਛੱਡਣਾ ਤਾਂ ਉਹਨਾਂ ਦੇ ਜਿਹੜੇ ਇੱਥੇ ਰਿਸ਼ਤੇਦਾਰਾਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਛੱਡ ਸਕਦੀ ਆ ਨਹੀਂ ਉਹਨਾਂ ਨੂੰ ਇਮੀਗ੍ਰੇਸ਼ਨ ਜੱਜ ਕੋਲ ਭੇਜ ਸਕਦੀ ਆ ਤੇ ਜੱਜ ਜਿਹੜਾ ਉੱਥੇ ਹੀアリング ਹੁੰਦੀ ਆ ਉੱਥੇ ਕੋ ਸਪਾਂਸਰ ਹੋਵੇ ਤਾਂ ਉੱਥੇ ਬੋਰਡ ਹੋ ਜਾਂਦਾ ਜੀ ਜੀ ਅਗਲਾ ਸਵਾਲ ਹੈ ਜੀ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਦਾ ਇੰਡੀਆ ਦਾ ਨੰਬਰ ਕੀ ਹੈ ਇੰਡੀਆ ਦਾ ਨੰਬਰ ਨਹੀਂ ਸਾਡਾ ਇੰਡੀਆ ਦਾ ਆਫਿਸ ਨਹੀਂ ਸਾਡਾ ਆਫਿਸ ਅਮਰੀਕਾ ਜੀ ਨੇ ਇੱਕ ਨਿਊਯਾਰਕਾ ਨਿਊਜਰਸੀ ਹੈ ਕੈਲੀਫੋਰਨੀਆ ਚ ਤਿੰਨੇ ਤੁਸੀਂ ਅਮਰੀਕਾ ਦੇ ਜਿਹੜੇ ਨੰਬਰ ਹੈਗੇ 917 915 4444 ਜਾਂ ਮੇਰੇ ਦਫ਼ਤਰਾਂ ਦੇ ਨੰਬਰ ਉਨਾਂ ਤੇ ਕਾਲ ਕਰੋ ਅਗਲਾ ਸਵਾਲ ਪੁੱਛਿਆ ਸਾਡੇ ਦਰਸ਼ਕ ਨੇ ਮੇਰੇ ਬ੍ਰਦਰ ਦਾ I130 ਅਪਰੂਵ ਹੋ ਗਿਆ ਕੀ ਮੇਰਾ ਬ੍ਰਦਰ ਯੂਐਸਏ ਆਣ ਕੇ ਗ੍ਰੀਨ ਕਾਰਡ ਲਈ ਵੇਟ ਕਰ ਸਕਦਾ ਨਹੀਂ ਐਦਾਂ ਆ ਕੇ ਨਹੀਂ ਵੇਟ ਕਰ ਸਕਦਾ ਐਦਾਂ ਉਹਨੂੰ ਆਉਣ ਦਾ ਕੋਈ ਵੀਜ਼ਾ ਜੇ ਦਾ ਉਹਦੇ ਕੋਲ ਵਿਜ਼ਟਰ ਵੀਜ਼ਾ ਹੈਗਾ ਫਿਰ ਆਸਦਾ ਪਰ ਜੇ ਉਹਦਾ ਹੀ ਉਹਨੂੰ ਵੀਜ਼ਾ ਨਹੀਂ ਮਿਲਣਾ ਜੇ ਮਨ ਪਟੀਸ਼ਨ ਹੋਵੇ ਜੇ ਵੀਜ਼ਾ ਹੋਵੇ ਫਿਰ ਤੇ ਆ ਸਕਦਾ ਫਿਰ ਆ ਸਕਦਾ ਪਰ ਉਹਦਾ ਨਹੀਂ ਕਰ ਸਕਦਾ ਨਹੀਂ ਵੇਟ ਨਹੀਂ ਕਰ ਸਕਦਾ ਉਹਨੂੰ ਇੱਥੇ ਆ ਕੇ ਜੇ 6 ਮਹੀਨੇ ਤੋਂ ਬਾਅਦ ਓਵਰਸਟੇ ਕਰੂਗਾ ਤਾਂ ਇਹ ਵੀਜ਼ੇ ਦੇ ਇਥੇ ਕੁਝ ਨਹੀਂ ਮਿਲਣਾ ਓਕੇ ਉਹਨੂੰ ਆਉਂਦੇ ਜਾਂਦੇ ਰਹਿਣਾ ਪੈਣਾ ਜੇ ਉਹਦੇ ਕੋਲ ਵਿਜ਼ਟਰ ਵੀਜ਼ਾ ਹੈ ਹੀ ਨਹੀਂ ਤਾਂ ਉਹਨੂੰ ਇਹਦੀ ਬੇਸ ਤੇ ਵੀਜ਼ਾ ਮਿਲਣਾ ਵੀ ਨਹੀਂ ਕੂ ਜੇ ਇਮੀਗ੍ਰੈਂਟ ਪਟੀਸ਼ਨ ਹੋਵੇ ਤਾਂ ਵਿਜ਼ਟਰ ਵੀਜ਼ਾ ਮਿਲਦਾ ਹਾਂਜੀ ਹਾਂਜੀ ਦੋਵੇਂ ਗੱਲਾਂ ਕਲੀਅਰ ਹੋ ਗਈਆਂ ਹਾਂਜੀ ਅਗਲਾ ਸਵਾਲ ਪ ਜੋ ਕਿ 2014 ਚ ਅਪਰੂਵ ਹੋ ਗਈ ਸੀ ਉਹ ਇੰਡੀਆ ਚ ਹੈ ਕਿ ਉਹ ਯੂ ਐਸ ਏ ਆਣ ਕੇ ਇੱਥੇ ਵੇਟ ਕਰ ਸਕਦਾ ਉਹੀ ਗੱਲ ਆ ਵੀ ਉਹ ਆ ਤਾਂ ਜਿਹਦੇ ਕੋਲੇ ਵੀਜ਼ਾ ਹੈਗਾ ਵਿਸਟਰ ਵੀਜ਼ਾ ਉਹ ਆ ਸਕਦਾ ਪਰ ਜੇ ਨਹੀਂ ਹੈਗਾ ਤਾਂ ਉਹਨੂੰ ਵੀਜ਼ਾ ਮਿਲਣਾ ਮੁਸ਼ਕਲ ਆ ਪਰ ਆ ਕੇ ਇੱਥੇ ਵੇਟ ਨਹੀਂ ਉਹ ਕਰ ਸਕਦਾ ਉਹਨੂੰ 6 ਮਹੀਨੇ ਜਿੰਨੀ ਵੀ ਐਂਟਰੀ ਮਿਲੂਗੀ ਉਸ ਐਂਟਰੀ ਦੇ ਵਿੱਚ ਵਾਪਸ ਜਾਣਾ ਪਏਗਾ ਇੱਥੇ ਨਹੀਂ ਰਹਿ ਸਕਦਾ ਅਗਲੇ ਸਵਾਲ ਤੁਹਾਨੂੰ ਪੁੱਛ ਰਹੇ ਦਰਸ਼ਕ ਇੰਡੀਆ ਤੋਂ ਕਿ ਅੱਜ ਕੱਲ ਕੀ ਅਸੀਂ B1 B2 ਵੀਜ਼ੇ ਤੇ ਯੂ ਐਸ ਏ ਆ ਸਕਦੇ ਦੇਖੋ B1 B2 ਵੀਜ਼ੇ ਤੇ ਕੋਈ ਵੀ ਆ ਸਕਦਾ ਜੇ ਲੱਗਿਆ ਹੋਵੇ ਤਾਂ ਜੇ ਆਲਰੇਡੀ ਲੱਗਿਆ ਹੋਇਆ ਇਹਨਾਂ ਦਾ ਫਿਰ ਜਦੋਂ ਆਹ ਕਰੋਨਾ ਕਰਕੇ ਜਿਹੜੇ ਆ 에어ਲਾਈਨ ਦੀਆਂ ਫਲਾਈਟਸ ਅਵੇਲੇਬਲ ਨਹੀਂ ਆ ਸਕਦੇ ਆ ਜੇ ਨਹੀਂ ਲੱਗਿਆ ਹੋਇਆ ਤਾਂ ਉਹ ਤੇ ਅਪਲਾਈ ਕਰ ਸਕਦੇ ਨੇ ਅਜੇ ਇੰਟਰਵਿਊ ਘੱਟ ਹੁੰਦੀ ਐ ਐਮਬੈਸੀ 'ਚ ਪਰ ਦੁਵਾ ਥੋੜੀ ਜੀ ਕਰੋਨਾ ਦਾ ਪ੍ਰਕੋਪ ਘਟਦਾ ਤਾਂ ਇੰਟਰਵਿਊਆਂ ਹੋਣਗੀਆਂ ਜੇ ਜੇ ਇਹਨਾਂ ਨੂੰ ਵਿਜ਼ਿਟਰ ਵੀਜ਼ਾ ਮਿਲਦਾ ਤਾਂ ਆ ਸਕਦੇ ਨੇ ਕੋਈ ਪਰਬਾਉ ਨਹੀਂ ਹਾਂਜੀ ਅਗਲਾ ਸਵਾਲ ਹੈ ਜੀ ਮੈਂ B1 B2 ਵੀਜ਼ੇ ਤੇ 214 'ਚ ਯੂ ਐਸਏ ਆਇਆ ਸੀ ਤੇ ਇੱਥੇ ਆਣ ਕੇ ਸੈਲਵ ਕੀਤੀ ਸੀ ਇੰਟਰਵਿਊ ਨਹੀਂ ਆਈ ਤੇ ਕੀ ਹੁਣ ਮੇਰਾ ਭਰਾ ਮੇਰੇ ਲਈ ਅਪਲਾਈ ਕਰ ਸਕਦਾ F4 ਦੇਖੋ ਸੈਲਮ ਤੇ ਇਹਨਾਂ ਨੇ ਕੇਸ ਲਾਇਆ ਉਹ ਤੇ ਇਹਨਾਂ ਨੂੰ ਵਰ ਪਰਮਿਟ ਮਿਲ ਗਿਆ ਹੁਣ ਤੱਕ ਤਾਂ ਜੀ ਤੇ ਜੇ ਇੰਟਰਵਿਊ ਨਹੀਂ ਆਈ ਜਿਹੜਾ ਭਰਾ ਹੈਗਾ F4 ਕਰ ਸਕਦਾ ਪਰ ਭਰਾ ਦੇ ਕਰਨ ਦਾ ਇਹਨਾਂ ਨੂੰ ਇੱਥੇ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਅਡ ਕੈਟਗਰੀ ਆ ਉਹ ਅਪਲਾਈ ਕਰ ਸਕਦਾ ਅਪਲਾਈ ਕਰਕੇ ਜੇ ਉਸ ਕੈਟਗਰੀ ਚ 15 ਸਾਲ ਲੱਗ ਰਹੇ ਆ ਜੀ ਜੀ ਪਰ ਉਹ ਕੈਟਗਰੀ ਦੇ ਵਿੱਚ ਇਹਨਾਂ ਨੂੰ ਨਾਂ ਦਾ ਵਰ ਪਰਮਿਟ ਮਿਲਣਾ ਨਾ ਉਹਨਾਂ ਨੂੰ ਇਹਨਾਂ ਨੂੰ ਇੱਥੇ ਉਹ ਗ੍ਰੀਨ ਕਾਰਡ ਮਿਲਣਾ ਜਦੋਂ ਇਹਨਾਂ ਦੀ ਵਾਰੀ ਕਾਰੰਟ ਵੀ ਹੋਈ ਤਾਂ ਵਾਪਸ ਜਾਣਾ ਪੈਣਾ ਸੋ ਇਸ ਕਰਕੇ ਅਪਲਾਈ ਕਰਨ ਜੋ ਕੋਈ ਹਰਜ ਨਹੀਂ ਅਪਲਾਈ ਕਰ ਦਵੇ ਪਰ ਪਰਸੂ ਇਹਨਾਂ ਨੂੰ ਸੈਲਮ ਦਾ ਕੇਸ ਹੀ ਕਰਨਾ ਪੈਣਾ ਠੀਕ ਹੈ ਠੀਕ ਅਗਲਾ ਸੋਲਾ ਜੀ ਏਐਸਏਪੀ ਜੁਆਇਨ ਕਰਨ ਤੋਂ ਬਾਅਦ ਕੀ ਸਾਨੂੰ 180 ਦਿਨਾਂ ਬਾਅਦ ਵਰਕ ਪਰਮਿਟ ਮਿਲ ਸਕਦਾ ਹਾਂਜੀ ਇਹਦੇ 'ਚ ਇਹ ਆ ਵੀ ਜਿਹੜਾ 트ੰਪ ਨੇ ਚੇਂਜ ਕਰਤਾ ਸੀ ਅਗਸਟ ਵੀ ਸਾਰਿਆਂ ਨੂੰ ਸਾਲ ਬਾਅਦ ਮਿਲੂਗਾ ਜੀ ਜਿਹੜਾ 180 ਦਿਨਾਂ ਵਾਲੀ ਰਿਕੁਆਇਰਮੈਂਟ ਸੀ ਤੇ ਏਐਸਏਪੀ ਤੇ ਸੀਐਸਏ ਨੇ ਕੇਸ ਕੀਤਾ ਸੀ ਇਹਨਾਂ ਤੇ ਤਾਂ ਉਹਨਾਂ ਨੂੰ ਸਟੇ ਮਿਲ ਗਈ ਸੀ ਕੋ ਉਹ ਜੇ ਮੈਂਬਰਸ਼ਿਪ ਲੈਣ ਤੋਂ ਬਾਅਦ ਅਪਲਾਈ ਕਰਦੇ ਆ ਤਾਂ ਉਹਨਾਂ ਤੇ ਉਹ 180 ਦਿਨ ਦਾ ਰੂਲੀ ਲਾਗੂ ਹੁੰਦਾ ਸੋ 180 ਦਿਨ ਬਾਅਦ ਵਰਪਨ ਮਿਲ ਜਾਂਦਾ ਅਗਲੇ ਦਰਸ਼ਕ ਸਾਨੂੰ ਪੁੱਛ ਰਹੇ ਜੀ ਸਾਡਾ F4 ਵੀਜ਼ਾ ਪਟੀਸ਼ਨ ਅਪਲਾਈ ਕੀਤਾ ਸੀ 2006 ਚ ਸਾਨੂੰ ਕੋਈ ਲੈਟਰ ਨਹੀਂ ਮਿਲੀ ਇਸ ਦੇ ਨਾਲ ਉਹ ਪੁੱਛਦੇ ਹਨ ਕਿ ਮੈਂ ਆਪਣਾ ਨਾਮ ਤੇ ਡੇਟ ਵੀ ਚੇਂਜ ਕੀਤੀ ਹੈ ਕੀ ਉਸ ਦਾ ਇਸ ਤੇ ਅਸਰ ਹੋ ਸਕਦਾ ਦੇਖੋ ਜਿਹੜੀ ਐਪੋਰਟਿਸ਼ਨ ਕੀਤੀ ਸੀ ਲੈਟਰ ਨਹੀਂ ਮਿਲੀ ਇਹਨਾਂ ਨੂੰ ਚਾਹੀਦਾ ਇਮੀਗ੍ਰੇਸ਼ਨ ਨਾਲ ਕੰਟੈਕਟ ਕਰਨ ਜਾਂ ਜਿਨ੍ਹਾਂ ਨੇ ਪਟੀਸ਼ਨ ਕੀਤੀ ਉਹਨਾਂ ਨੂੰ ਕੋਈ ਤਾਂ ਚਿੱਠੀ ਆਈ ਹੋਊਗੀ ਇਮੀਗ੍ਰੇਸ਼ਨ ਤੋਂ ਜਿਵੇਂ ਕੋਈ ਉਹਦੀ ਰੀਸੀਵਿੰਗ ਲੈਟਰ ਜਾਂ ਅਪਰੂਵਲ ਉੱਤੇ ਕੇਸ ਨੰਬਰ ਹੁੰਦਾ ਉਹਦੀ ਬੇਸੇ ਪਤਾ ਕਰ ਸਕ ਜਿਹੜਾ ਕਰਨਾ ਚਾਹੀਦਾ ਚੇਂਜ ਕੀਤੀ ਹੈ ਚੇਂਜ ਇਦਾਂ ਨਹੀਂ ਹੁੰਦੀ ਚੇਂਜ ਦੇ ਬਾਰੇ ਵੀ ਉਹਨਾਂ ਨੂੰ ਬਕਾਇਦਾ ਪ੍ਰੂਫ ਭੇਜਨੇ ਪੈਂਦੇ ਆ ਜਿੱਦਾਂ ਉਹਨਾਂ ਨੂੰ ਆਪਣਾ ਤੁਸੀਂ ਬਰਥ ਸਰਟੀਫਿਕੇਟ ਭੇਜੋ ਜੋ ਵੀ ਆ ਉਦੇ ਮੁਤਾਬਕ ਉਹ ਚੇਂਜ ਕਰਦੇ ਚੇਂਜ ਤੁਸੀਂ ਕਰਾ ਸਕਦੇ ਹੋ ਜੇ ਗਲਤੀ ਹੋਈ ਆ ਪਹਿਲਾਂ ਕੋਈ ਇਹ ਦੱਸ ਕੇ ਵੀ ਆ ਗਲਤੀ ਨਾ ਭਰੀ ਗਈ ਅਸਲੀ ਇਹ ਆ ਉਹਦੇ ਨਾਲ ਆਪਣਾ ਬਰਥ ਸਰਟੀਫਿਕੇਟ ਪਾਸਪੋਰਟ ਦੀ ਕਾਪੀ ਵਗੈਰਾ ਸਕੂਲ ਸਾਰਾ ਜਿਹੜਾ ਰੈਕਡ ਆ ਉਹ ਪ੍ਰੂਫ ਭੇਜੋ ਹੋ ਜਾਂਦੀ ਆ ਪ੍ਰੂਫ ਨੇ ਚਾਹੀਦੇ ਇਹਨਾਂ ਨੂੰ ਪਰ ਇਹਦੇ ਬਾਰੇ ਇਹਨਾਂ ਨੂੰ ਜਿਹੜਾ ਪਤਾ ਕਰ ਜਿਹਦਾ ਬਾਕੀ ਸਾਡੇ ਨਾਲ ਕੰਟੈਕਟ ਕਰ ਲੈਣਾ ਅਸੀਂ ਪਤਾ ਕਰ ਦਿਆਂਗੇ ਅਸਦਾ ਜਸਪ੍ਰੀ ਸਿੰਘ ਹੋਰਾਂ ਦਾ ਫੋਨ ਨੰਬਰ ਆ 9179154142 ਅਸਦਾ ਜਸਪ੍ਰੀ ਸਿੰਘ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਡੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਇਮੀਗ੍ਰੇਸ਼ਨ ਸੰਬੰਧੀ ਜਿਹੜੇ ਇਹ ਸਵਾਲ ਆ ਇਹ ਬਹੁਤ ਉਹਨਾਂ ਦੇ ਹੁੰਦੇ ਆ ਕਿ ਸਾਨੂੰ ਕਿਤੋਂ ਨਾ ਕਿਤੋਂ ਕਿਸੇ ਸਿਆਣੇ ਵਕੀਲ ਤੋਂ ਸਾਡੇ ਜਵਾਬ ਮਿਲ ਜਾਣ ਤੇ ਸਾਨੂੰ ਉਮੀਦ ਆ ਕਿ ਉਹਨਾਂ ਨੂੰ ਇਹ ਸਾਰੀ ਜਵਾਬ ਸੁਣ ਕੇ ਸੰਤੁਸ਼ਟੀ ਹੋਈ ਹੋਵੇਗੀ ਉਸ ਦੇ ਨਾਲ ਨਾਲ ਜਿਹੜਾ ਅੱਜ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸਿਆ ਕਿ ਜਿਹੜਾ ਨਵੇਂ ਬਿੱਲ ਪੇਸ਼ ਹੋਇਆ ਇਮੀਗ੍ਰੇਸ਼ਨ ਸੰਬੰਧੀ 300 ਤੋਂ ਵੱਧ ਸਫ਼ੇ ਜਿਹੜੇ ਤੁਸੀਂ ਦੱਸਿਆ ਕਿ ਉਹ ਸਾਰੇ ਸਾਡੇ ਦਰਸ਼ਕ ਜਿਹੜੇ ਹੈਗੇ ਆ ਉਹ ਉਸ ਬਿੱਲਾਂ ਨੂੰ ਸੁਣ ਕੇ ਅੱਜ ਮੈਨੂੰ ਲੱਗਦਾ ਵੀ ਬਹੁਤ ਖੁਸ਼ ਹੋਏ ਹੋਣਗੇ ਉਹਨਾਂ ਨੇ ਭਰਪੂਰ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਹੋਏਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਹੰਦਾ ਬਾਈ ਸਤਿ ਸ੍ਰੀ ਅਕਾਲ